ਨੇ ਪੰਜਾਬ ਸਣੇ ਹੋਰ ਕਿੱਥੇ ਕਿੱਥੇ ਛੇਬਰਾਂ ਲਾ ਦਿੱਤੀਆਂ ਨੇ ਦੁੱਧ ਦੇ ਵਪਾਰੀ ਕਿਸਾਨਾਂ ਤੇ ਮੂੰਗੀ ਵੇਚਣ ਵਾਲੇ ਕਿਸਾਨਾਂ ਦੇ ਲਈ ਅੱਜ ਤੋਂ ਚੰਗੀਆਂ ਖ਼ਬਰਾਂ ਨੇ ਨਵਜੋਤ ਸਿੰਘ ਸਿੱਧੂ ਕਣਕ ਦੀ ਅਲਰਜੀ ਕਰਕੇ ਜੇਲ੍ਹ ਦੇ ਵਿੱਚ ਦਾਲ ਰੋਟੀ ਨਹੀਂ ਖਾ پا ਰਹੇ ਕੀ ਉਹਨਾਂ ਨੂੰ ਮਿਲ ਗਈ ਹੈ ਇਜਾਜ਼ਤ ਜਾਂ ਨਾ ਜਾਂ ਫਿਰ ਜੇਲ੍ਹ ਦੇ ਵਿੱਚ ਹੋਰ ਕੀ ਕੁਝ ਸਮਾਨ ਉਹਨਾਂ ਨੂੰ ਰਹਿਣ ਸਹਿਣ ਦੇ ਲਈ ਮਿਲਿਆ ਹੈ ਦੱਸਾਂਗੇ ਡੇਰਾ ਰਾਧਾ ਸਵਾਮੀ ਵਿਆਸ ਨੇ ਕਿੱਥੇ ਕਿੱਥੇ ਜ਼ਮੀਨ ਤੇ ਨਜਾਇਜ਼ ਕਬਜ਼ੇ ਕਰ ਰੱਖੇ ਨੇ ਪਰ ਤਾਂ ਰਿਕਾਰਡ ਸਮੇਤ ਖੋਲੀਆਂ ਨੇ ਬਲਦੇਵ ਸਿੰਘ ਸਿਰਸਾ ਨੇ 13 ਮੌਤਾਂ ਕਿੱਥੇ ਹੋ ਗਈਆਂ ਨੇ ਸਿਰਫ ਸੜਕ ਹਾਦਸਿਆਂ ਕਰਕੇ ਹਰਿਆਣਾ ਦਾ ਸਾਬਕਾ ਮੁੱਖ ਮੰਤਰੀ ਓਪੀ ਚਟਾਲਾ ਦੋਸ਼ੀ ਕਰਾਰ ਦਿੱਤਾ ਗਿਆ। ਸ਼੍ਰੀਲੰਕਾ ਦੀ ਸਰਕਾਰ ਨੇ ਮੁਲਕ ਦੇ ਵਿੱਚੋਂ ਐਮਰਜੈਂਸੀ ਹਟਾ ਦਿੱਤੀ ਹੈ। ਆਸਟ੍ਰੇਲੀਆ ਦੇ ਵਿੱਚ ਲੱਗਦਾ ਹੈ ਕਿ ਐਤਕੀ ਲੇਬਰ ਪਾਰਟੀ ਦੀ ਸਰਕਾਰ ਬਣੂਗੀ। ਪੰਜਾਬੀ ਵੀ ਝੰਡੇ ਕੱਢਣ ਦੀ ਤਿਆਰੀ ਕਰ ਰਹੇ ਨੇ। ਅੱਜ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਵਰਸੀ ਮੌਕੇ ਜਦੋਂ ਵੱਡਾ ਰੁਖ ਡਿੱਗਦਾ ਤਾਂ ਧਰਤੀ ਹਿੱਲਦੀ ਹੈ ਇਹ ਕਹਿ ਕੇ ਕਿਹੜੇ ਲੀਡਰ ਨੇ ਸਿੱਖਾਂ ਦੇ ਜ਼ਖਮਾਂ ਤੇ ਲੂਣ ਭੁੱਕਣ ਦੀ ਕੋਸ਼ਿਸ਼ ਕੀਤੀ ਹੈ ਅੰਬਾਲਾ ਦੇ ਵਿੱਚ ਕੋਲਡ ਡਰਿੰਕ ਦੀ ਬੋਤਲ ਦੰਦਾ ਨਾਲ ਖੋਲਣ ਵੇਲੇ ਢੱਕਣ ਸਾਹ ਨਲੀ ਦੇ ਵਿੱਚ ਫਸ ਗਿਆ 15 ਸਾਲ ਦੇ ਮੁੰਡੇ ਦੀ ਮੌਤ ਹੋ ਗਈ ਹੈ ਸਤਿ ਸ੍ਰੀ ਅਕਾਲ ਜੀ ਅਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਦੱਸਾਂਗੇ ਤੁਹਾਨੂੰ ਇਸ ਖਾਸ ਬੁਲੇਟਿਨ ਦੇ ਵਿੱਚ ਅੱਜ ਦੀਆਂ ਪੰਜਾਬ ਭਾਰਤ ਸਮੇਤ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਸ਼ੁਰੂਆਤ ਕਰਾਂਗੇ ਪੰਜਾਬ ਦੀ ਇੱਕ ਖਾਸ ਖਬਰ ਦੇ ਨਾਲ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਲੰਬੀ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ ਨੇ ਤੋਤਾ ਸਿੰਘ ਨੂੰ ਪੰਜਾਬ ਦੀ ਸਿਆਸੀ ਅਤੇ ਧਾਰਮਿਕ ਖੇਤਰ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਪੰਜਾਬ ਸਰਕਾਰ ਦੇ ਵਿੱਚ ਉਹ ਅਕਾਲੀ ਸਰਕਾਰ ਵੇਲੇ ਦੋ ਵਾਰੀ ਮੰਤਰੀ ਰਹੇ ਤੇ ਐਸਜੀਪੀਸੀ ਦੇ ਮੈਂਬਰ ਵਜੋਂ ਵੀ ਸੇਵਾ ਨਿਭਾਉਂਦੇ ਰਹੇ ਉਕਮਦਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵਿੱਚ 1997 ਤੋਂ 2002 ਤੱਕ ਤੋਤਾ ਸਿੰਘ ਸਿੱਖਿਆ ਮੰਤਰੀ ਰਹੇ ਅਗਲੀ ਵਾਰੀ ਬਾਦਲ ਦੀ 2012 ਤੋਂ 17 ਦੀ ਹਕੂਮਤ ਵੇਲੇ ਖੇਤੀਬਾੜੀ ਮੰਤਰੀ ਦੇ ਨਾਲ-ਨਾਲ ਐਨਆਰਆਈ ਮਾਮਲੇ ਦੇਖਦੇ ਰਹੇ ਉਹਨਾਂ ਨੇ ਲੰਗੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਕਿਸਮਤ ਅਜ਼ਮਾਈ ਸੀ ਉਹਨਾਂ ਦੇ ਪੁੱਤਰ ਬਰਜਿੰਦਰ ਸਿੰਘ ਮੱਖਣ ਵੀ ਚੋਣ ਮੈਦਾਨ ਵਿੱਚ ਨਿਤਰੇ ਸਨ ਪਰ ਕਾਮਯਾਬ ਨਹੀਂ ਹੋ ਸਕੇ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਤੇ ਸ਼ਨੀਚਰਵਾਰ ਨੂੰ ਬਿਮਾਰੀ ਦੇ ਮੂਰੇ ਹਾਰ ਗਏ ਦੋ ਮਹੀਨੇ ਪਹਿਲਾਂ ਹੀ ਜਥੇਦਾਰ ਤੋਤਾ ਸਿੰਘ ਨੇ ਆਪਣੀ ਜ਼ਿੰਦਗੀ ਦੇ 81 ਬਰੇ ਪੂਰੇ ਕਿਤੇ ਹਾਲਾਂਕਿ ਜਥੇਦਾਰ ਤੋਤਾ ਸਿੰਘ ਦੇ ਕੈਬਨਿਟ ਮੰਤਰੀ ਦੇ ਦੋਵਾਂ ਕਾਰਜਕਾਲਾਂ ਦੇ ਦੌਰਾਨ ਵਿਵਾਦਾਂ ਦੇ ਨਾਲ ਨਾਤਾ ਵੀ ਜੁੜਦਾ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਲੀਡਰਸ਼ਿਪ ਨੇ ਜਥੇਦਾਰ ਤੋਤਾ ਸਿੰਘ ਦੇ ਦੇਹਾਂਤ ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਉਹਨਾਂ ਦੀ ਮੌਤ ਨੂੰ ਅਕਾਲੀ ਦਲ ਦੇ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ ਲੰਗੀ 18 April ਨੂੰ ਸੁਖਬੀਰ ਸਿੰਘ ਬਾਦਲ ਜਥੇਦਾਰ ਤੋਤਾ ਸਿੰਘ ਦੀ ਸੇਧਾ ਹਾਲਚਾਲ ਜਾਣਨ ਲਈ ਮੁਹਾਲੀ ਦੇ ਫੋਟਿਸ ਹਸਪਤਾਲ ਦੇ ਵਿੱਚ ਵੀ ਗਏ ਸਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਜਥੇਦਾਰ ਤੋਤਾ ਸਿੰਘ ਦੀ ਅਕਾਲ ਚਲਾਣੇ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ਣ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ। ਇਸੇ ਤਰ੍ਹਾਂ ਸੰਯੁਕਤ ਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਸਾ ਸਮੇਤ ਹੋਰ ਵੀ ਕਈ ਲੀਡਰਾਂ ਨੇ ਤੋਤਾ ਸਿੰਘ ਦੀ ਅਕਾਲ ਚਲਾਣੇ ਤੇ ਦੁੱਖ ਪ੍ਰਗਟਾਇਆ ਹੈ। ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜੱਥੇਦਾਰ ਤੋਤਾ ਸਿੰਘ ਦੀ ਮਰਤਕ ਦੇਹ ਦਾ ਅੰਤਿਮ ਸੰਸਕਾਰ 24 ਮਈ ਮੰਗਲਵਾਰ ਨੂੰ ਸਵੇਰੇ 11 ਵਜੇ ਮੋਗਾ ਵਿੱਚ ਕੀਤਾ ਜਾਏਗਾ। ਅਗਲੀ ਖਬਰ ਪੰਜਾਬ ਦੇ ਮੌਸਮ ਦੇ ਨਾਲ ਜੁੜੀ ਹੋਈ ਹੈ। ਜੇਠ ਦੇ ਮਹੀਨੇ ਵਿੱਚ ਪੱਠ ਵਾਂਗੂ ਤਪਦਾ ਪੰਜਾਬ ਥੋੜਾ ਠੰਡਾ ਹੋਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਮੌਸਮ ਵਿਭਾਗ ਨੇ ਭਾਵੇਂ ਸ਼ੁੱਕਰਵਾਰ ਨੂੰ ਮੀਂਹ ਦੀ ਸੰਭਾਵਨਾ ਦਿੱਤੀ ਸੀ ਪਰ ਸ਼ੁੱਕਰਵਾਰ ਨੂੰ ਤਾਂ ਕਿਤੇ ਕਿਤੇ ਮਾੜੀਆਂ-ਮੋਟੀਆਂ ਕਣੀਆਂ ਹੀ ਪਈਆਂ ਨੇ ਜਿਨ੍ਹਾਂ ਨਾਲ ਕੋਈ ਬਹੁਤਾ ਫਰਕ ਨਹੀਂ ਪਿਆ ਸੀ ਪਰ ਸ਼ਨੀਚਰਵਾਰ ਨੂੰ ਕਈ ਥਾਵਾਂ 'ਤੇ ਮੀਂਹ ਦੀਆਂ ਛੇਬਰਾਂ ਲੱਗ ਗਈਆਂ ਨੇ। ਮ ਉਨਿਆ ਜਿੱਥੇ ਸ਼ਹਿਰ ਦੇ ਨਾਲ-ਨਾਲ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਵੀ ਬੱਦਲ ਗਰਜਣ ਤੋਂ ਬਾਅਦ ਮੀਂਹ ਪਿਆ ਹੈ ਖਬਰਾਂ ਪੜੇ ਜਾਣ ਤੱਕ ਵੀ ਲਗਾਤਾਰ ਮੀਂਹ ਦੀਆਂ ਖਬਰਾਂ ਆ ਰਹੀਆਂ ਸੀ ਮੌਸਮ ਸੁਹਾਵਣਾ ਹੋ ਗਿਆ ਠੰਡੀ ਹਵਾ ਚੱਲਣ ਲੱਗ ਪਈ ਹੈ ਹਾਲਾਂਕਿ ਪਹਿਲਾਂ ਧੂੜ ਭਰੀਆਂ ਹਨੇਰੀਆਂ ਅਸਮਾਨ ਦੇ ਵਿੱਚ ਉੱਡੀਆਂ ਮਿੱਟੀ ਘਟੇ ਨਾਲ ਲੋਕਾਂ ਦਾ ਸਾਰਾ ਸਮਾਨ ਭਰ ਗਿਆ ਸੀ ਪਰ ਉਸ ਤੋਂ ਬਾਅਦ ਮੀਂਹ ਦੇ ਛਿੱਟਿਆਂ ਨੇ ਸਾਰਾ ਕੰਮ ਲੋਟ ਕਰ ਦਿੱਤਾ ਮੌਸਮ ਵਿਭਾਗ ਨੇ ਅਗਲੇ ਕਈ ਦਿਨਾਂ ਤੱਕ ਮੀਂਹ ਦੀ ਸੰਭਾਵਨਾ ਦਿੱਤੀ ਹੈ ਜਿਸ ਨਾਲ ਤਾਪਮਾਨ ਦੇ ਵਿੱਚ ਗਿਰਾਵਟ ਆਏਗੀ ਤੁਹਾਡੇ ਵੱਲ ਮੀਂਹ ਪਿਆ ਜਾਂ ਨਹੀਂ ਪਿਆ ਸਾਨੂੰ ਜਰੂਰ ਤੁਸੀਂ ਮੈਸੇਜ ਕਰਕੇ ਦੱਸਿਓ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਵੱਲ ਮੌਸਮ ਕਿਸ ਤਰ੍ਹਾਂ ਦਾ ਹੈ ਦਿੱਲੀ ਦੇ ਵਿੱਚ ਭਾਰੀ ਮੀਂਹ ਕਾਰਨ 10 ਉਡਾਣਾਂ ਦੀਆਂ ਮੁਹਾਰਾ ਹੀ 모ੜ ਦਿੱਤੀਆਂ ਗਈਆਂ ਸ਼ੁੱਕਰਵਾਰ ਰਾਤ ਨੂੰ ਰਾਜਸਤਾਨੀ ਦਿੱਲੀ ਅਤੇ ਆਸਵਾਸ ਦੇ ਇਲਾਕਿਆਂ ਦੇ ਵਿੱਚ ਮੌਸਮ ਖਰਾਬ ਹੋਇਆ ਜਿਸ ਕਰਕੇ ਕਰੀਬ ਵੱਖ-ਵੱਖ 10 ਉਡਾਣਾਂ ਨੂੰ ਅਮਰitsar ਹਵਾਈ ਅੱਡਾ ਰਾਜਸਥਾਨ ਸੀ ਵਿਖੇ ਹੀ ਉਤਾਰ ਲਿਆ ਗਿਆ ਦਿੱਲੀ ਚ ਮੌਸਮ ਸਾਫ਼ ਹੋਣ ਤੋਂ ਬਾਅਦ ਇਹਨਾਂ ਸਾਰੀਆਂ ਉਡਾਣਾਂ ਨੂੰ ਦਿੱਲੀ ਲਈ ਰਵਾਨਾ ਕੀਤਾ ਗਿਆ ਯਾਤਰੀਆਂ ਨੂੰ ਕਰੀਬ ਦੇਰ ਰਾਤ ਤੱਕ ਉਡਾਣਾਂ ਦੇ ਵਿੱਚ ਹੀ ਨਾ ਪਿਆਸੀ ਭਾਰੀ ਮੀਂਹ ਤੇ ਝੱਖੜ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਧੀ ਫਲਾਈਟ ਸਮੇਤ 11 ਤੋਂ ਵੱਧ ਉਡਾਣਾ ਨੂੰ ਦਿੱਲੀ ਹਵਾਈ ਅੱਡੇ ਤੋਂ ਅੰਮ੍ਰਿਤਸਰ ਵੱਲ ਉਤਾਰਿਆ ਗਿਆ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਾਰਿਆ ਗਿਆ ਜਿਸ ਤੋਂ ਬਾਅਦ ਇਹਨਾਂ ਕੌਮੀ ਤੇ ਕੋ ਮੰਤਰੀ ਉਡਾਣਾਂ ਨੂੰ ਆਪਣੇ ਆਪੋ ਆਪਣੇ ਰਾਹਾਂ ਤੇ ਤੋਰ ਦਿੱਤਾ ਗਿਆ ਪੰਜਾਬ ਦੇ ਕਿਸਾਨਾਂ ਦੇ ਲਈ ਵੱਡੀ ਖਬਰ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਨ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਮੂੰਗੀ ਦੀ ਫਸਲ ਐਮਐਸਪੀ ਤੇ ਖਰੀਦਣ ਦੀ ਹਾਮੀ ਭਰ ਲਈ ਹੈ ਕੇਂਦਰ ਸਰਕਾਰ ਨੇ ਮੂੰਗੀ ਦੀ ਫਸਲ ਏਜੰਸੀਆਂ ਨੂੰ ਐਮਐਸਪੀ ਤੇ ਖਰੀਦਣ ਦੇ ਹੁਕਮ ਜਾਰੀ ਕਰ ਦਿੱਤੇ ਨੇ ਇਸ ਵਾਸਤੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਸੀ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗ੍ਰਹਿ ਮੰਤਰੀ ਦੇ ਨਾਲ ਮੁਲਾਕਾਤ ਕਰਕੇ ਆਏ ਨੇ ਉਹਨਾਂ ਨੇ ਵੀ ਮੂੰਗੀ ਦੀ ਫਸਲ ਐਮਐਸਪੀ ਤੇ ਦੇਣ ਦੀ ਅਪੀਲ ਕੀਤੀ ਸੀ ਤੇ ਹੁਣੇ ਖੁਸ਼ੀ ਭਰੀ ਖਬਰ ਭਗਵੰਤ ਮਾਨ ਨੇ ਖੁਦ ਹੀ ਕਿਸਾਨਾਂ ਨੂੰ ਦਿੱਤੀ ਹੈ ਉਹਨਾਂ ਨੇ ਟਵੀਟ ਕਰਕੇ ਕਿਸਾਨ ਭਰਾਵਾਂ ਨੂੰ ਖੁਸ਼ਖਬਰੀ ਦਿੱਤੀ ਹੈ ਕਿ ਕੇਂਦਰ ਸਰਕਾਰ ਆਪਣੀਆਂ ਏਜੰਸੀਆਂ ਦੇ ਵੱਲੋਂ ਪੰਜਾਬ ਸਰਕਾਰ ਤੋਂ ਐਮਐਸਪੀ ਤੇ ਮੂੰਗੀ ਚੁੱਕਣ ਲਈ ਤਿਆਰ ਹੋ ਗਈ ਹੈ ਤੇ ਮੂੰਗੀ ਦੀ ਫਸਲ ਐਤਕੀ 7225 ਰੁਪਏ ਪ੍ਰਤੀ ਕੁਇੰਟਲ ਐਮਐਸਪੀ ਦੇ ਭਾਅ ਨਾਲ ਚੁੱਕੀ ਜਾਵੇਗੀ ਹਾਲਾਂਕਿ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਪੱਧਰ ਤੇ ਐਲਾਨ ਕਰ ਦਿੱਤਾ ਸੀ ਕਿ ਅਸੀਂ ਐਮਐਸਪੀ ਤੇ ਮੂੰਗੀ ਖਰੀਦਾਂਗੇ ਕਿਸਾਨ ਕਹਿ ਰਹੇ ਸੀ ਕਿ ਨੋਟੀਫਿਕੇਸ਼ਨ ਜਾਰੀ ਕਰੋ ਪਰ ਭਗਵੰਤ ਮਾਨ ਨੇ ਇਹ ਸਾਰੀ ਜਿਹੜੀ ਗੱਲ ਹੈ ਉਹ ਕੇਂਦਰ ਸਰਕਾਰ ਤੇ ਸੁੱਟ ਦਿੱਤੀ ਸੀ ਕੇਂਦਰ ਸਰਕਾਰ ਤੋਂ ਅਪੀਲ ਕੀਤੀ ਸੀ ਕਿ ਇਹਦਾ ਨੋਟੀਫਿਕੇਸ਼ਨ ਹੈ ਜਿਹੜਾ ਜਾਰੀ ਕੀਤਾ ਜਾਵੇ ਹੁਣ ਆਖਰਕਾਰ ਕੇਂਦਰ ਸਰਕਾਰ ਨੇ ਇਸ ਤੇ ਹਾਮੀ ਭਰ ਦਿੱਤੀ ਹੈ ਹੁਣੇ-ਹੁਣੇ ਤਾਜ਼ਾ ਖਬਰ ਖਬਰਾਂ ਪੜਦੇ ਨੂੰ ਮਿਲ ਰਹੀ ਹੈ ਕਿ ਦੇਸ਼ ਦੇ ਵਿੱਚ ਪੈਟਰੋਲ ਤੇ ਡੀਜ਼ਲ ਸਸਤਾ ਹੋਵੇਗਾ ਔਰ ਉਹ ਵੀ ਕਾਫੀ ਰੁਪਏ ਸਸਤਾ ਹੋਵੇਗਾ ਪੈਟਰੋਲ 9 ਰੁਪਏ 50 ਪੈਸੇ ਤੇ ਡੀਜ਼ਲ 7 ਰੁਪਏ ਸਸਤਾ ਹੋਵੇਗਾ ਇਹ ਦੇਸ਼ ਵਾਸੀਆਂ ਦੇ ਲਈ ਇੱਕ ਵੱਡੀ ਖਬਰ ਹੈ ਖਬਰ ਤੇ ਭੋਸਾ ਤਾਂ ਨਹੀਂ ਹੋ ਰਿਹਾ ਪਰ ਇਹ ਸੱਚ ਹੈ ਕਿ 200 ਰੁਪਏ ਪ੍ਰਤੀ ਗੈਸ ਸਿਲੰਡਰ ਵੀ ਸਸਤਾ ਕਰ ਦਿੱਤਾ ਗਿਆ ਹੈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타ਰਮਨ ਨੇ ਐਲਾਨ ਕੀਤਾ ਹੈ ਕਿ ਇਸ ਪ੍ਰਧਾਨ ਮੰਤਰੀ ਉज्जਵਲ ਯੋਜਨਾ ਦੇ 9 ਕਰੋੜ ਤੋਂ ਵੱਧ ਲਾਪਾਤਰੀਆਂ ਨੂੰ 200 ਰੁਪਏ ਪ੍ਰਤੀ ਗੈਸ ਸਿਲੰਡਰ ਤੱਕ ਦੀ ਸਬਸਿਡੀ ਦੇਵਾਂਗੇ ਇਸ ਦੇ ਨਾਲ ਕਹਿੰਦੇ ਸਾਡੀਆਂ ਮਾਤਾਵਾਂ ਤੇ ਭੈਣਾਂ ਨੂੰ ਮਦਦ ਮਿਲੇਗੀ ਪੈਟਰੋਲ ਤੇ ਐਕਸਾਈਜ਼ ਡਿਊਟੀ 8 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਤੇ 6 ਰੁਪਏ ਪ੍ਰਤੀ ਲੀਟਰ ਘਟਾ ਕਰ ਰਹੇ ਨੇ ਇਸ ਦੇ ਨਾਲ ਪੈਟਰੋਲ ਦੇ ਭਾਅ ਵਿੱਚ 9 ਰੁਪਏ 50 ਪੈਸੇ ਪ੍ਰਤੀ ਲੀਟਰ ਦੀ ਗਿਰਾਵਟ ਆਵੇਗੀ ਤੇ ਡੀਜ਼ਲ ਦੇ ਭਾਅ ਦੇ ਵਿੱਚ 7 ਰੁਪਏ ਪ੍ਰਤੀ ਲੀਟਰ ਦੀ ਕਮੀ ਆਵੇਗੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਇਸ ਦਾ ਐਲਾਨ ਕੀਤਾ ਹੈ ਪੰਜਾਬ ਦੇ ਦੁੱਧ ਉਤਪਾਦਕਾਂ ਅਤੇ ਡੇਰੀ ਦੇ ਕਿੱਤੇ ਨਾਲ ਜੁੜੇ ਹੋਏ ਕਿਸਾਨਾਂ ਦੇ ਲਈ ਇੱਕ ਵੱਡੀ ਖਬਰ ਇਹ ਹੈ ਕਿ ਮਿਲਕ ਫੈਡ ਨੇ ਦੁੱਧ ਦੇ ਖਰੀਦ ਭਾਅ ਵਿੱਚ ਵਾਧਾ ਕੀਤਾ ਹੈ 2 ਰੁਪਏ ਪ੍ਰਤੀ ਕਿਲੋ ਫੈਟ ਦੇ ਹਿਸਾਬ ਨਾਲ ਵਾਧੇ ਦਾ ਐਲਾਨ 21 ਤਰੀਕ ਤੋਂ ਕੀਤਾ ਹੈ ਤੇ ਮਿਲਕ ਫੈਟ ਦੇ ਵੱਲੋਂ ਦੁੱਧ ਦੇ ਖਰੀਦ ਭਾਅ ਵਿੱਚ ਵਾਧਾ ਕਰਨ ਤੋਂ ਬਾਅਦ ਹੁਣ ਗਾਂ ਦੇ ਦੁੱਧ ਤੇ ਤਕਰੀਬਨ 1 ਰੁਪਏ ਪ੍ਰਤੀ ਕਿਲੋ ਅਤੇ ਮਾਂਝਾ ਦੁੱਧ ਦੇ ਰੁਪਏ 40 ਪੈਸੇ ਪ੍ਰਤੀ ਕਿਲੋ ਵੱਧ ਜਾਵੇਗਾ ਯਾਨੀ ਕਿ ਮਹਿੰਗਾ ਹੋ ਜਾਏਗਾ ਪੰਜਾਬ ਦੀ ਰਾਜਧਾਨੀ ਸਿਟੀ ਬਿਊਟੀਫੁੱਲ ਚੰਡੀਗੜ੍ਹ ਸਮੇਤ ਮੁਹਾਲੀ ਅਤੇ ਪੰਚਕੁਲਾ ਦੇ ਲੋਕਾਂ ਦੇ ਉੱਤੇ ਦੁੱਧ ਦਾ ਵੱਡਾ ਖਤਰਾ ਮੰਡਰਾ ਰਿਹਾ ਹੈ ਕਿਉਂਕਿ ਮੁਹਾਲੀ ਦੇ ਵਿੱਚ ਸਥਿਤ ਵੀਰ ਕਾ ਮਿਲਕ ਪਲਾਂਟ ਦੇ ਸਾਹਮਣੇ ਸ਼ਨੀਚਰਵਾਰ ਨੂੰ ਪੰਜਾਬ ਦੇ ਹਜ਼ਾਰਾਂ ਦੁੱਧ ਉਤਪਾਦਕਾਂ ਯਾਨੀ ਕਿ ਦੁੱਧ ਦੀ ਦੁੱਧ ਦਾ ਵਪਾਰ ਕਰਨ ਵਾਲੇ ਕਿਸਾਨਾਂ ਨੇ ਸੂਬਾ ਸਰਕਾਰ ਦੇ ਖਿਲਾਫ ਵੱਡਾ ਰੋਸ ਪ੍ਰਦਰਸ਼ਨ ਕੀਤਾ ਕਿਸਾਨਾਂ ਨੇ ਖਰੜ ਚੰਡੀਗੜ੍ਹ ਹਾਈਵੇ ਨੂੰ ਜਾਮ ਕਰ ਦਿੱਤਾ ਹਾਲਾਂਕਿ ਹਾਈਵੇ ਦਾ ਇੱਕ ਪਾਸਾ ਖੁੱਲਾ ਰੱਖਿਆ ਗਿਆ ਤਾਂ ਜੋ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਦੁੱਧ ਉਤਪਾਦਕਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਹਾਈਵੇ ਨੂੰ ਪੂਰੀ ਤਰ੍ਹਾਂ ਜਾਮ ਕਰ ਦੇਵਾਂਗੇ ਸ਼ਨੀਚਰਵਾਰ ਨੂੰ ਕਿਸਾਨਾਂ ਦਾ ਪਹਿਲਾ ਪ੍ਰੋਗਰਾਮ ਇਹ ਸੀ ਕਿ ਉਹ ਵੀਰ ਕਾ ਮਿਲਕ ਪਲਾਂਟ ਦੇ ਮੂ ਦੁੱਧ ਡੋਲ ਡੋਲ ਕੇ ਪ੍ਰਦਰਸ਼ਨ ਕਰਨਗੇ ਪਰ ਇਹ ਜਹਾਨ ਨਹੀਂ ਕੀਤਾ ਗਿਆ ਕਿਸਾਨਾਂ ਨੇ ਤਰਕ ਦਿੱਤਾ ਕਿ ਪ੍ਰਦਰਸ਼ਨ ਸਾਡਾ ਲੰਬਾ ਚੱਲੂਗਾ ਇਸ ਲਈ ਲੰਗਰ ਪਾਣੀ ਤਿਆਰ ਕਰਨ ਵਾਸਤੇ ਦੁੱਧ ਸਾਨੂੰ ਸਾਹਮਣਾ ਪਊਗਾ ਕਿਸਾਨਾਂ ਨੇ ਇੰਨਾ ਐਲਾਨ ਜ਼ਰੂਰ ਕਰ ਦਿੱਤਾ ਹੈ ਕਿ ਅਸੀਂ ਮੰਗਾ ਨਾਮੰਨੇ ਜਾਣ ਤੱਕ ਦੁੱਧ ਡੋਲਤਾ ਦੇਾਂਗੇ ਪਰ ਵੇਰ ਕਾਨੂੰ ਨਹੀਂ ਦੇਾਂਗੇ ਇਹ ਰੋਸ ਮੁਜ਼ਾਹਰਾ ਪ੍ਰੋਗਰੈਸਿਵ ਡੇਰੀ ਫਾਰਮਰਸ ਐਸੋਸੀਏਸ਼ਨ ਦੇ ਸੱਦੇ ਤੇ ਦਿੱਤਾ ਗਿਆ ਦੁੱਧ ਉਤਪਾਦਕਾਂ ਦੀਆਂ ਮੰਗਾਂ ਕੀ ਨੇ ਉਸ ਬਾਰੇ ਇਹਨਾਂ ਪ੍ਰਦਰਸ਼ਨਕਾਰੀਆਂ ਦੇ ਨਾਲ ਸਾਡੀ ਟੀਮ ਨੇ ਗੱਲਬਾਤ ਕੀਤੀ ਹੈ ਤਾਂ ਸਾਡਾ ਜਿਹੜਾ ਦੁੱਧ ਉਹ 35 ਰੁਪਏ ਗਾਂ ਦਾ ਦੁੱਧ ਜਾ ਰਿਹਾ ਜਿਹੜਾ ਸਾਡਾ ਫੀਡ ਪਾਉਂਦੇ ਆਸੀਂ ਉਹ ਸਾਡੀ 42 43 ਰੁਪਏ ਪੈ ਰਹੀ ਹੈ ਹਾਂ ਸਰ 5 ਰੁਪਏ ਘਾਟ ਇਹਨਾਂ ਦੁੱਧ ਵੇਚ ਰਹੇ ਆ ਅੱਛਾ ਤਾਂ ਤੋ ਮੱਝਾਂ ਗਾਵਾਂ ਦੋਵਾਂ ਦੇ ਰੇਟ ਦੇ ਜੋ ਬਰਾਬਰ ਚਾਹੁੰਦੇ ਹੋ ਕਿ ਜਾਂ ਫਿਰ ਥੋੜਾ ਥੋੜਾ ਰੇਟ ਦਾ ਕੀ ਕੋਈ 5 ਰੁਪਏ ਕੋਈ 7 ਰੁਪਏ ਮੱਝ ਦਾ 5 ਰੁਪਏ ਜਾਂ ਕਿੰਨਾ ਕਰਨਾ ਚਾਹੁੰਦਾ ਸਾਰੇ ਦੋਨਾਂ ਦਾ 7 ਰੁਪਏ ਰੇਟ ਦੀ ਮੰਗ ਰੱਖੀ ਆ ਇਕੱਠਾ ਦੋਨਾਂ ਦਾ 7 ਰੁਪਏ ਦਾ ਵਾਅਦਾ ਹੋਣਾ ਚਾਹੀਦਾ ਠੀਕ ਠੀਕ ਹੈ ਹੋਰ ਹੋਰ ਕੀ ਕੀ ਮੰਗਣ ਇਸ ਤੋਂ ਇਲਾਵਾ ਬਸ ਕੱਲੇ ਦੁੱਧ ਦੇ ਰੇਟ ਦੀ ਮੰਗ ਹੈ ਜੀ ਜੀ ਤੇ ਤਰਨਾ ਜੋ ਚੱਲ ਰਿਹਾ ਇੱਥੇ ਕਿੰਨਾ ਲੰਮਾ ਸਮਾਂ ਜਦ ਤੱਕ ਸਰਕਾਰ ਆਉਂਦੀ ਨਹੀਂ ਉਦੋਂ ਤੱਕ ਤਰਨਾ ਚੱਲੇਗਾ ਸਰਕਾਰ ਰੇਟ ਨਹੀਂ ਦੇ ਰਹੀ ਉਹਨਾਂ ਜਿਹੜਾ ਉੱਤਰਨਾ ਚੱਕੇ ਨਹੀਂ ਜਾਊਗਾ ਵੱਡੀ ਖਬਰ ਹਰਿਆਣਾ ਤੋਂ ਹੈ ਜਿੱਥੇ ਸਾਬਕਾ ਮੁੱਖ ਮੰਤਰੀ ਓਮਪ੍ਰਕਾਸ਼ ਚੋਟਾਲਾ ਨੂੰ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ ਚੋਟਾਲਾ ਦੀ ਸਜ਼ਾ ਤੇ ਬਹਿਸ 26 ਮਈ ਨੂੰ ਹੋਏਗੀ ਚੋਟਾਲਾ ਖਿਲਾਫ ਸੀਬੀਆਈ ਨੇ 1993 ਤੋਂ 2006 ਦੇ ਵਿਚਾਲੇ ਆਮਦਨ ਤੋਂ 6 ਕਰੋੜ ਤੋਂ ਵੱਧ ਦੀ ਜਾਇਦਾਦ ਰੱਖਣ ਦੇ ਮਾਮਲੇ ਵਿੱਚ 2010 ਵਿੱਚ ਚਾਰਜ ਸ਼ੀਟ ਦਾਖਲ ਕੀਤੀ ਸੀ ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਅਗਲੀ ਖਬਰ ਗਿਆਨਵਾਪੀ ਮਸਜਿਦ ਮਾਮਲੇ ਦੇ ਨਾਲ ਜੁੜੀ ਹੋਈ ਹੈ ਦਿੱਲੀ ਪੁਲਿਸ ਨੇ ਇਸ ਮਸਲੇ ਦੇ ਵਿੱਚ ਸ਼ਿਵਲਿੰਗ ਬਾਰੇ ਇਤਰਾਜ਼ ਯੋਗ ਪੋਸਟਰ ਸਾਂਝੀ ਕਰਨ ਦਾ ਇਲਜ਼ਾਮ ਲਾ ਕੇ ਦਿੱਲੀ ਕਾਲਜ ਦੇ ਇੱਕ ਪ੍ਰੋਫੈਸਰ ਨੂੰ ਗ੍ਰਿਫਤਾਰ ਕੀਤਾ ਹੈ ਇਸ ਦੀ ਜਾਣਕਾਰੀ ਦਿੱਲੀ ਪੁਲਿਸ ਨੇ ਦਿੱਤੀ ਹੈ ਕਿ ਹੈ ਕਿ ਦਿੱਲੀ ਯੂਨੀਵਰਸਿਟੀ ਦੇ ਹਿੰਦੂ ਕਾਲਜ ਦੇ ਐਸੋਸੀਏਟ ਪ੍ਰੋਫੈਸਰ ਰਤਨ ਲਾਲ ਨੂੰ ਵਾਰਾਨਸੀ ਦੀ ਗਿਆਨਵਾਪੀ ਮਸਜਿਦ ਕੰਪਲੈਕਸ ਦੇ ਅੰਦਰ ਮਿਲੇ ਸ਼ਿਵਲਿੰਗ ਬਾਰੇ ਇਤਰਾਜ਼ਯੋਗ ਸੋਸ਼ਲ ਮੀਡੀਆ ਪੋਸਟ ਕੀਤੀ ਸੀ ਜਿਸ ਤੋਂ ਬਾਅਦ ਸ਼ੁੱਕਰਵਾਰ ਰਾਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਰਤਨ ਲਾਲ ਨੂੰ ਭਾਰਤੀ ਦੰਡਾਵਲੀ ਦੀ ਧਾਰਾ 153A ਤੇ 295A ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਰੋਡ ਰੇਜ ਮਾਮਲੇ ਦੇ ਵਿੱਚ 1 ਸਾਲ ਦੀ ਸਜ਼ਾ ਮਰਨ ਤੋਂ ਬਾਅਦ ਜੇਲ੍ਹ ਦੇ ਵਿੱਚ ਜਾ ਚੁ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਖਬਰ ਵੀ ਤੁਹਾਨੂੰ ਦੱਸ ਦਿੰਨੇ ਹਾਂ ਸ਼ੁੱਕਰਵਾਰ ਨੂੰ ਸਿੱਧੂ ਦੀ ਜੇਲ੍ਹ ਦੇ ਵਿੱਚ ਪਹਿਲੀ ਰਾਤ ਸੀ ਤੇ ਪਟਿਆਲਾ ਸੈਂਟਰਲ ਜੇਲ੍ਹ ਦੇ ਵਿੱਚ ਬੰਦ ਨਵਜੋਤ ਸਿੰਘ ਸਿੱਧੂ ਨੇ ਦਾਲ ਰੋਟੀ ਖਾਣ ਤੋਂ ਇਨਕਾਰ ਕਰ ਦਿੱਤਾ ਜੇਲ੍ਹ ਦੀ ਪਹਿਲੀ ਰਾਤ ਸਿਰਫ ਸਲਾਦ ਅਤੇ ਫਲ ਖਾ ਕੇ ਹੀ ਕੱਟੀ ਹੈ ਸਿੱਧੂ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਕੈਦੀ ਨੰਬਰ 241383 ਮਿਲਿਆ ਹੈ ਕੈਦੀ ਨੰਬਰ ਅਲੋਟ ਹੋਣ ਤੋਂ ਬਾਅਦ ਸਿੱਧੂ ਨੂੰ ਬੈਰਕ ਨੰਬਰ 10 ਵਿੱਚ ਤਬਦੀਲ ਕਰ ਦਿੱਤਾ ਗਿਆ ਬੈਰਕ ਨੰਬਰ 10 ਦੇ ਵਿੱਚ ਸਿੱਧੂ ਨੇ ਪਹਿਲੀ ਸਿਮਿੰਟ ਦੇ ਬਣੇ ਥੜੇ ਉੱਤੇ ਬਤਾਈ ਹੈ ਸਿੱਧੂ ਦੇ ਨਾਲ ਬਿਲਕੁਲ ਹੀ ਆਮ ਕੈਦੀਆਂ ਦੇ ਵਾਂਗ ਵਿਹਾਰ ਕੀਤਾ ਜਾ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੇਲ੍ਹਾਂ ਦੇ ਵਿੱਚੋਂ ਵੀਆਈਪੀ ਕਲਚਰ ਨੂੰ ਖਤਮ ਕਰ ਦਿੱਤਾ ਹੈ ਵੀਆਈਪੀ ਟ੍ਰੀਟਮੈਂਟ ਕਿਸੇ ਨੂੰ ਨਹੀਂ ਦਿੱਤਾ ਜਾ ਰਿਹਾ ਜਾਣਕਾਰੀ ਮਿਲੀ ਹੈ ਕਿ ਪਹਿਲਾਂ ਤੋਂ ਹੀ ਜੇਲ੍ਹ ਵਿੱਚ ਬੰਦ ਵਿਕਰਮ ਸਿੰਘ ਮਜੀਠੀਆ ਨਵਜੋਤ ਸਿੰਘ ਸਿੱਧੂ ਦੀ ਬੈਰਕ ਤੋਂ ਮਹਿਜ਼ 50 ਮੀਟਰ ਦੀ ਦੂਰੀ ਤੇ ਹਨ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਨੂੰ ਕਣਕ ਤੋਂ ਅਲਰਜੀ ਹੈ ਲੀਵਰ ਦੀ ਸਮੱਸਿਆ ਹੋਣ ਕਰਕੇ ਕਣਕ ਦੀ ਰੋਟੀ ਸਿੱਧੂ ਖਾ ਨਹੀਂ ਸਕਦੇ ਲੰਬੇ ਸਮੇਂ ਤੋਂ ਉਹ ਖਾ ਹੀ ਨਹੀਂ ਰਹੇ ਇਸ ਕਰਕੇ ਉਹਨਾਂ ਨੂੰ ਇੱਕ ਖਾਸ ਖੁਰਾਕ ਦਿੱਤੀ ਜਾ ਰਹੀ ਸੀ ਤੇ ਉਹਨਾਂ ਨੇ ਜੇਲ੍ਹ ਪ੍ਰਸ਼ਾਸਨ ਤੋਂ ਖਾਸ ਖੁਰਾਕ ਦੀ ਮੰਗ ਵੀ ਕੀਤੀ ਹੈ ਸਿੱਧੂ ਨੇ ਆਪਣੇ ਮੈਡੀਕਲ ਦੌਰਾਨ ਵੀ ਇਸ ਦੀ ਜਾਣਕਾਰੀ ਦਿੱਤੀ ਪਰ ਹਾਲੇ ਤੱਕ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਸਿੱਧੂ ਨੂੰ ਖਾਸ ਖੁਰਾਕ ਦਿੱਤੇ ਜਾਣ ਦੀ ਪ੍ਰਵਾਨਗੀ ਨਹੀਂ ਮਿਲੀ ਹੈ ਜੇਲ੍ਹ ਮੈਨੂਅਲ ਦੇ ਮੁਤਾਬਕ ਸਾਰੇ ਕੈਦੀਆਂ ਨੂੰ ਸਵੇਰੇ ਤੇ ਸ਼ਾਮ ਦਾਲ ਸਬਜ਼ੀ ਦੇ ਨਾਲ ਰੋਟੀਆਂ ਦਿੱਤੀਆਂ ਜਾਂਦੀਆਂ ਨੇ ਬਾਕੀ ਚਾਹ ਪਾਣੀ ਵਗੈਰਾ ਵੱਖਰਾ ਹੁੰਦਾ ਹੈ ਜੇਲ੍ਹ ਪ੍ਰਸ਼ਾਸਨ ਨੇ ਸਿੱਧੂ ਨੂੰ ਜੋ ਚੀਜ਼ਾਂ ਦਿੱਤੀਆਂ ਨੇ ਉੱਥੇ ਰਹਿਣ ਸਹਣ ਦੇ ਲਈ ਉਹ ਵੀ ਤੁਹਾਨੂੰ ਦੱਸ ਦਿੰਨੇ ਹਾਂ ਸਿੱਧੂ ਨੂੰ ਇੱਕ ਕੁਰਸੀ ਮੇਜ਼ ਇੱਕ ਅਲਮਾਰੀ ਦੋ ਪੱਗਾਂ ਇੱਕ ਕੰਬਲ ਇੱਕ ਬਿਸਤਰਾ ਤਿੰਨ ਜ਼ਰੂਰੀ ਕੱਪੜੇ ਦੋ ਤੌਲੀਏ ਇੱਕ ਮੱਛਰਦਾਨੀ ਇੱਕ ਕਾਪੀ ਪੈਨ ਜੁੱਤੀਆਂ ਦਾ ਜੋੜਾ ਦੋ ਬੈੱਡ ਸ਼ੀਟਾਂ ਯਾਨੀ ਕਿ ਦੋ ਚਾਦਰਾਂ ਦੋ ਸਹਰਾਣੇ ਤੇ ਚਾਰ ਕੁਰਤੇ ਪਜਾਮੇ ਦਿੱਤੇ ਗਏ ਨੇ ਤੇ ਜੇਲ੍ਹ ਵਿੱਚ ਸਿੱਧੂ ਨੂੰ ਸਿਰਫ ਕੈਦੀਆਂ ਵਾਂਗ ਚਿੱਟੇ ਕੱਪੜੇ ਹੀ ਪਾਉਣੇ ਪੈਣਗੇ ਤੇ ਜੇ ਸਿੱਧੂ ਦਾ ਵਤੀਰਾ ਜੇਲ੍ਹ ਦੇ ਵਿੱਚ ਠੀਕ ਰਹਿੰਦਾ ਹੈ ਤਾਂ ਸਿੱਧੂ ਦੀ ਸਜ਼ਾ 1 ਸਾਲ ਤੋਂ ਘੱਟ ਹੋ ਸਕਦੀ ਹੈ ਦੀ ਹੈ ਪੰਜਾਬ ਸਰਕਾਰ ਦੇ ਕੋਲ ਵੀ ਅਧਿਕਾਰ ਹੁੰਦਾ ਹੈ ਅਤੇ ਜੇਲ੍ਹ ਪ੍ਰਸ਼ਾਸਨ ਦੇ ਕੋਲ ਵੀ ਅਧਿਕਾਰ ਹੁੰਦਾ ਹੈ ਕਿ ਜਿਹੜੇ ਕੈਦੀਆਂ ਦਾ ਵਤੀਰਾ ਠੀਕ ਰਹਿੰਦਾ ਹੈ ਉਹਨਾਂ ਦੀ ਸਜ਼ਾ ਮਾਫ ਕੀਤੀ ਜਾ ਸਕਦੀ ਹੈ ਜਾਂ ਘਟਕੀਤੀ ਜਾ ਸਕਦੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਭਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਪਾਈ ਰਣਜੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੌਜੂਦਾ ਨਿਜ਼ਾਮ ਬਦਲਣ ਦਾ ਸਰਦਾਰ ਦਿੱਤਾ ਹੈ। ਚੰਡੀਗੜ੍ਹ ਦੇ ਵਿੱਚ ਪ੍ਰੈਸ ਕਲੱਬ 'ਚ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਪੰਥਕ ਅਕਾਲੀ ਲਹਿਰ ਦੇ ਪੰਜਾਬ 'ਚ ਕਈ ਜ਼ਿਲ੍ਹਾ ਪ੍ਰਧਾਨਾਂ ਤੇ ਮੁੱਖ ਮੀਡੀਆ ਸਲਾਹਕਾਰਾਂ ਦੀ ਸੂਚੀ ਜਾਰੀ ਕੀਤੀ ਹੈ ਜਿਹੜੇ ਬੂਤ ਪੱਧਰ ਤੇ ਪੰਥਕ ਅਕਾਲੀ ਲਹਿਰ ਨੂੰ ਮਜ਼ਬੂਤ ਕਰਨ ਅਤੇ ਐਸਜੀਪੀਸੀ ਦੀਆਂ ਚੋਣਾਂ ਦੇ ਲਈ ਸਹੀ ਉਮੀਦਵਾਰ ਚੁਣਨ ਸਿੱਖ ਸੰਗਤਾਂ ਦੀ ਰਾਏ ਲੈਣ ਦੇ ਵਿੱਚ ਆਪਣੀ ਭੂਮਿਕਾ ਨਿਭਾਉਣਗੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਾਰੀਆਂ ਸੰਗਤਾਂ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਨਿਰੋਲ ਧਾਰਮਿਕ ਪੰਥਕ ਅਕਾਲੀ ਲਹਿਰ ਨੂੰ ਸਮਰਥਨ ਦੇਣ ਤਾਂ ਜੋ ਕੁਝ ਸਮ ਕਮੇਟੀ ਦੀਆਂ ਚੋਣਾਂ ਵਿੱਚ ਮੌਜੂਦਾ ਨਿਯਮ ਨੂੰ ਬਦਲ ਸਕੀਏ ਉਹਨਾਂ ਕੇਂਦਰ ਸਰਕਾਰ ਨੂੰ ਵੀ ਤੁਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਤਾਕੀਰ ਕੀਤੀ ਹੈ ਕਿਉਂਕਿ 12 ਸਾਲ ਵੀ ਜਾਂਦੇ ਵੀ ਐਸਜੀਪੀਸੀ ਦੀਆਂ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ ਜਦਕਿ ਜਮਹੂਰੀਅਤ ਕਦਰਾਂ-ਕੀਮਤਾਂ ਅਤੇ ਕਾਨੂੰਨ ਮੁਤਾਬਕ ਇਹ ਚੋਣਾਂ ਸਮੇਂ ਤੇ ਹੋਣੀਆਂ ਜ਼ਰੂਰੀ ਨੇ ਉਹਨਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਐਸਜੀਪੀਸੀ ਚੋਣਾਂ ਕਰਵਾਉਣ 'ਚ ਆਪਣੀ ਭੂਮਿਕਾ ਨਿਭਾਉਣ ਲਈ ਕਿਹਾ ਹੈ ਕਿਉਂਕਿ ਪੰਜਾਬ ਸਰਕਾਰ ਵੀ ਆਪਣੇ ਪੱਧਰ ਤੇ ਕੇਂਦਰ ਸਰਕਾਰ ਤੋਂ ਐਸਜੀਪੀਸੀ ਚੋਣਾਂ ਕਰਵਾਉਣ ਦੀ ਮੰਗ ਕਰ ਸਕਦੀ ਹੈ ਕਹਿਣਾ ਚਾਹੁੰਦੇ ਸਿੱਖਾਂ ਦੀ ਇੱਕ ਵਾਹਤ ਜਥੇਬੰਦੀ ਆ ਪ੍ਰਬੰਧਕ ਕਮੇਟੀ ਜਿਹੜੀ ਸੈਂਟਰਲ ਸਰਕਾਰ ਤੋਂ ਹੋਂਦ ਵਿੱਚ ਆਈ ਹੈ। ਤੋਂ ਸੈਂਟਰਲ ਸਰਕਾਰ ਇਹਨੂੰ ਆਪਣੀ ਜ਼ਰ ਖਰੀਦਨਾ ਸਮਝੇ ਨਾ ਪੰਜਾਬ ਸਰਕਾਰ ਸਮਝੇ। ਅਸੀਂ ਸਾਨੂੰ ਅੱਜ ਸਿੱਖ ਇਹਦੀ ਸੇਵਾ ਸੰਭਾਲ ਲਈ ਜਿਹੜੇ ਸੁਨਹਿਰੀ ਮੌਕੇ ਨੇ ਉਹ ਮਿਲਦੇ ਚਾਹੀਦੇ ਨੇ। ਹਰੇਕ ਸਿੱਖ ਨੂੰ ਵੋਟ ਪਾਉਣ ਦਾ ਅਧਿਕਾਰ 5 ਸਾਲ ਬਾਅਦ ਮਿਲਣਾ ਚਾਹੀਦਾ ਜਿਸ ਤਰ੍ਹਾਂ ਲੋਕ ਸਭਾ ਵਿਧਾਨ ਸਭਾ ਤੇ ਰਾਜ ਸਭਾ ਲਈ ਮਿਲਦਾ। ਤੋਂ ਇਹ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਇੱਕ ਤਾਂ ਹਰੇਕ ਸਾਲ 5 ਸਾਲੀ ਹੋਣ ਇੱਕ ਇਮੀਡੀਏਟਲੀ ਇਹਨਾਂ ਇਲੈਕਸ਼ਨਾਂ ਦੀ ਵੋਟ ਬਣੇ ਔਰ ਇਹ ਇਲੈਕਸ਼ਨ ਹੋਣ ਦੇ ਵਿੱਚ ਆਉਣ ਤੇ ਇੱਥੇ ਨਵੀਂ ਜਿਹੜੀ ਜਥੇਬੰਦੀ ਆ ਨਵੀਂ ਜਿਹੜੀ ਨਵੀਂ ਜਿਹੜੀ ਟੀਮ ਆ ਗੁਰੂ ਘਰ ਦੀ ਉਹ ਗੁਰੂ ਘਰ ਚ ਜਾ ਕੇ ਏ ਆਪਣੇ ਜ਼ਿੰਮੇਵਾਰੀਆਂ ਸੰਭਾਲ ਸਕਣ ਤੇ ਕੌਮ ਦੀ ਸੇਵਾ ਕਰ ਸਕਣ। ਜਥੇਦਾਰ ਰਣਜੀਤ ਸਿੰਘ ਨੇ ਇਸ ਮੌਕੇ ਸਿੱਖ ਬੰਦੀਆਂ ਦੀ ਰਿਹਾਈ ਦੀ ਗੱਲ ਵੀ ਕੀਤੀ। ਉਹਨਾਂ ਨੇ ਕਿਹਾ ਕਿ ਦੁਨੀਆ ਦੇ ਵਿੱਚ ਅਜਿਹਾ ਕਾਨੂੰਨ ਕਿਤੇ ਵੀ ਨਹੀਂ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀਆਂ ਨੂੰ ਬਿਨਾਂ ਵਜ੍ਹਾ ਜੇਲ੍ਹਾਂ ਦੇ ਵਿੱਚ ਰੱਖਿਆ ਜਾ ਰਿਹਾ ਹੋਵੇ। ਇਹ ਸਿਰਫ ਤੇ ਸਿਰਫ ਇਥੋਂ ਦੀ ਸਰਕਾਰ ਨੇ ਹੀ ਰਵਈਆ ਅਪਣਾਇਆ ਹੋਇਆ ਤੇ ਸਿਰਫ ਤੇ ਸਿਰਫ ਸਿੱਖ ਕੈਦੀਆਂ ਦੇ ਖਿਲਾਫ ਹੀ ਹੈ। ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਤਕਰੀਬਨ ਆਪਣੀਆਂ ਜੋ ਜਿਹੜੀਆਂ ਉਮਰ ਕਹਤਾ ਉਹਨਾਂ ਤੋਂ ਲੰਬਾ ਸਮਾਂ ਵਾਧੂ ਗੁਜ਼ਾਰ ਚੁੱਕੇ ਨੇ ਜੇਲ੍ਹਾਂ 'ਚ ਲੇਕਿਨ ਇਹ ਰਾਜਨੀਤੀ ਕਰਕੇ ਜਿਹੜੀ ਸਾਡੀ ਸਵਾਰਥੀ ਰਾਜਨੀਤੀ ਆ ਉਹਦੀ ਭੇਟ ਤੜ ਤੜ ਜਾ ਰਿਹਾ ਅੱਜ ਮੈਂ ਇਹ ਮਹਿਸੂਸ ਕਰਦਾ ਕਿ ਜਿਹੜੀ ਅੱਜ ਪੋਲੀਟੀਕਲ ਫੀਲਡ ਆ ਉਹਦੀ ਗੇਂਦ ਬਣਾ ਕੇ ਇਹਨਾਂ ਕੈਦੀਆਂ ਨੂੰ ਵਰਤ ਰਹੇ ਨੇ ਕੈਦੀਆਂ ਨੂੰ ਗੇਂਦ ਬਣਾ ਕੇ ਕਦੀ ਕੋਈ ਹਿੱਟ ਮਾਰਦਾ ਦੂਸਰੇ ਪਾਸੇ ਦੂਸਰਾ ਹਿੱਟ ਮਾਰਦਾ ਦੂਸਰੇ ਪਾਸੇ 30-30 ਸਾਲ ਤੋਂ 28-28 ਸਾਲ ਤੋਂ ਅੰਦਰ ਬੈਠੇ ਨੇ ਤੋਂ ਮੈਂ ਇਹ ਗੁਜਾਰਸ਼ ਕਰਦਾ ਹੈ ਇਹ ਪ੍ਰਬੰਧਕ ਕਮੇਟੀ ਜਿਹੜੀ ਜੋ ਕਸ਼ ਅੱਜ ਕਰ ਰਹੀ ਹੈ ਇਹ ਮੈਨੂੰ ਨਹੀਂ ਲੱਗਦਾ ਕਿ ਇਹ ਗੰਭੀਰ ਨੇ ਜਿਨ੍ਹਾਂ ਨੂੰ ਅੱਜ ਤੱਕ ਇਹ ਨਹੀਂ ਪਤਾ ਕਿ ਕਿਹੜਾ ਸਿੱਖ ਕਿਹੜੇ ਕੇਸ ਕਿਹੜੀ ਦਫਾ ਨਾਲ ਅੰਦਰ ਗਿਆ ਤੇ ਕਿਹੜੀ ਜੇਲ੍ਹ ਚ ਆ ਉਹ ਸਾਡੇ ਗਾਂ ਕੀ ਕੰਮ ਕਰਨਗੇ ਇਹ ਸਾਡੇ ਵਾਸਤੇ ਜਾਂ ਨੌਜਵਾਨਾਂ ਵਾਸਤੇ ਇਹ ਸਵਾਰਥੀ ਤੇ ਵਪਾਰੀ ਲੋਕ ਇਕੱਠੇ ਹੋ ਕੇ ਆਪਣੇ ਮਸਲੇ ਹੱਲ ਕਰਨ ਲਈ ਆਪਣੀ ਗਵਾਚੀ ਜ਼ਮੀਨ ਲੱਭਣ ਲਈ ਇਕੱਠੇ ਹੋ ਰਹੇ ਨੇ ਇਹਨਾਂ ਦਾ ਜਿਹੜਾ ਜੋ ਕੁਝ ਵੀ ਡਰਾਮੇਬਾਜ਼ੀ ਕਰ ਰਹੇ ਨੇ ਇਹਨਾਂ ਦੇ ਨਾਲ ਕੋਈ ਭਲਾ ਹੋਣ ਵਾਲਾ ਨਹੀਂ ਅਸੀਂ ਤੇ ਅਪੀਲ ਕਰਦੇ ਆ ਸੈਂਟਰਲ ਸਰਕਾਰ ਨੂੰ ਕਿ ਉਹ ਉਹ ਇਮੀਡੀਏਟਲੀ ਇਹਨਾਂ ਕੈਦੀਆਂ ਨੂੰ ਰਿਲੀਜ਼ ਕਰੇ ਇਹ ਆਪਣੇ ਘਰਾਂ ਚੋਂ ਪੰਜਾਬ ਦੇ ਸੁਖ ਸ਼ਾਂਤੀ ਵਰਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਲੰਘੇ ਸਾਲ 1 ਜੁਲਾਈ 2021 ਤੋਂ ਸ਼ੁਰੂ ਕੀਤਾ ਗਿਆ ਬਰਗਾੜੀ ਮੋਰਚਾ ਲਗਾਤਾਰ ਜਾਰੀ ਹੈ ਜਿਸ ਤਹਿਤ ਵੱਖ-ਵੱਖ ਜਥਿਆਂ ਦੇ ਵੱਲੋਂ ਗ੍ਰਿਫਤਾਰੀਆਂ ਦਿੱਤੀਆਂ ਜਾ ਰਹੀਆਂ ਨੇ ਤਾਜ਼ਾ ਜਾਣਕਾਰੀ ਮੁਤਾਬਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ ਮੰਗਦੇ ਹੋਏ ਬਰਗਾੜੀ ਮੋਰਚੇ ਦੇ 321ਵੇਂ ਜਥੇ ਨੇ ਗ੍ਰਿਫਤਾਰੀ ਦਿੱਤੀ ਹੈ ਜਥੇ ਦੀ ਅਗਵਾਈ ਸੁਖਵਿੰਦਰ ਸਿੰਘ ਪਾਟਿਆ ਮੋਹਾਲੀ ਨੇ ਕੀਤੀ ਜ਼ਿਲ੍ਹਾ ਲੁਧਿਆਣਾ ਦੇ ਸੱਤ ਸਿੰਘਾਂ ਨੇ ਤਾਜ਼ਾ ਗ੍ਰਿਫਤਾਰੀ ਦਿੱਤੀ ਹੈ ਸਿੱਖ ਸੰਗਠਾ ਸਮੇਤ ਗੁਰਦ 10ਵੀਂ ਬਰਗਾੜੀ ਤੋਂ ਅਰਦਾਸ ਬੇਨਤੀ ਕਰਕੇ ਜਥੇ ਦੇ ਰੂਪ ਚ ਚੱਲ ਕੇ ਮੋਰਚੇ ਵਾਲੇ ਸਥਾਨ ਦੇ ਨੇੜੇ ਦਾਣਾ ਮੰਡੀ ਵਿਖੇ ਇਹਨਾਂ ਨੇ ਗ੍ਰਿਫਤਾਰੀ ਦਿੱਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇੰਦੌਰ ਦੇ ਵਿੱਚ ਗੁਟਕਾ ਸਾਹਿਬ ਤੇ ਮ੍ਰਿਤਕ ਵਿਅਕਤੀ ਦੀ ਫੋਟੋ ਛਾਪੇ ਜਾਣ ਤੇ ਸਖਤ ਇਤਰਾਜ਼ ਪ੍ਰਗਟ ਕਰਦਿਆਂ ਇਸ ਮਸਲੇ ਦੀ ਜਾਂਚ ਦੇ ਹੁਕਮ ਦਿੱਤੇ ਨੇ। ਮੱਧ ਪ੍ਰਦੇਸ਼ ਦੇ ਸ਼ਹਿਰ ਇੰਦੌਰ ਦੇ ਵਿੱਚ ਇੱਕ ਨੌਜਵਾਨ ਨੇ ਆਪਣੇ ਕਰੀਬੀ ਦੀ ਮੌਤ ਤੋਂ ਬਾਅਦ ਉਸ ਦੀ ਤਸਵੀਰ ਨੂੰ ਪਾਵਨ ਗੁਟਕਾ ਸਾਹਿਬ ਤੇ ਹੀ ਛਪਵਾ ਦਿੱਤਾ ਜਿਸ ਦੀ ਸ਼ਿਕਾਇਤ ਐਸਜੀਪੀਸੀ ਤੱਕ ਪਹੁੰਚੀ। ਇੰਦੋਰ ਦੇ ਸਿੰਧੀ ਪਰਿਵਾਰ ਦੇ ਇੱਕ ਵਿਅਕਤੀ ਨੇ ਅਜਿਹਾ ਕੀਤਾ ਹੈ ਐਸ.ਬੀ.ਸੀ. ਪ੍ਰਧਾਨ ਨੇ ਕਿਹਾ ਕਿ ਦੋਸ਼ੀ ਨੌਜਵਾਨ ਦੇ ਖਿਲਾਫ ਜਲਦ ਹੀ ਸਖਤ ਕਾਰਵਾਈ ਕੀਤੀ ਜਾਵੇਗੀ। ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਭੁਪਿੰਦਰ ਸਿੰਘ ਨੂੰ ਜਾਂਚ ਦਾ ਜ਼ਿੰਮਾ ਸੌਂਪਿਆ ਗਿਆ। ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਸ ਦੇ ਵਿੱਚ ਹੁਣ ਬਲਦੇਵ ਸਿੰਘ ਸਿਰਸਾ ਵੀ ਆਪਣਾ ਯੋਗਦਾਨ ਪਾਉਣਗੇ ਜਿਹੜੀ ਕਿ ਕਿਸਾਨ ਲੀਡਰ ਵੀ ਨੇ ਅਤੇ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਵੀ ਲੱਗੇ ਰਹਿੰਦੇ ਨੇ। ਬਲਦੇਵ ਸਿੰਘ ਸਿਰਸਾ ਨੇ ਸ਼ਨੀਵਾਰ ਨੂੰ ਮੁਹਾਲੀ ਦੇ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਐਲਾਨ ਕੀਤਾ ਹੈ ਕਿ ਪਿਛਲੇ ਦਿਨੀ ਮੁੱਖ ਮੰਤਰੀ ਨਾਲ ਕਿਸਾਨਾਂ ਦੀ ਹੋਈ ਮੀਟਿੰਗ ਦੇ ਵਿੱਚ ਸਰਕਾਰ ਦੇ ਪੰਚ ਜਾਤ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਸਾਨੂੰ ਕਿਹਾ ਸੀ ਕਿ ਪੰਚਾਇਤੀ ਜ਼ਮੀਨਾਂ ਛਡਵਾਉਣ ਦੇ ਵਿੱਚ ਕਿਸਾਨ ਸਾਡਾ ਸਹਿਯੋਗ ਕਰਨ ਤੇ ਇਸੇ ਸਬੰਧ ਵਿੱਚ ਅਸੀਂ ਸੋਮਵਾਰ ਨੂੰ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨਾਲ ਮੀਟਿੰਗ ਕਰਨ ਜਾ ਰਹੇ ਹਾਂ ਤੇ ਇਸ ਮੀਟਿੰਗ ਦੇ ਵਿੱਚ ਅਸੀਂ ਡੇਰਾ ਰਾਧਾ ਸਵਾਮੀ ਬਿਆਸ ਦੇ ਵੱਲੋਂ ਜ਼ਮੀਨਾਂ ਤੇ ਜਿਹੜੇ ਕਬਜ਼ੇ ਗਏ ਕੀਤੇ ਹੋਏ ਨੇ ਉਹਨਾਂ ਦਾ ਪੂਰਾ ਰਿਕਾਰਡ ਖੋਲ ਕੇ ਰੱਖ ਦੇਵਾਂਗੇ ਸਬੂਤਾਂ ਸਮੇਤ ਇੱਕ ਦਿਨ ਪਹਿਲਾਂ ਸਿਰਸਾ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਹੋਏ ਇਹ ਦਾਵਾ ਕੀਤਾ ਸੀ ਕਿ ਡੇਰਾ ਬਿਆਸ ਦੇ ਮੌਜੂਦਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਲੋਕਾਂ ਦੀ ਜ਼ਮੀਨ ਕਿਵੇਂ ਹੜੱਪ ਰੱਖੀ ਹੈ ਧਰਮ ਦੇ ਨਾਂ ਤੇ ਬਣੇ ਡੇਰੇ ਵੱਲੋਂ ਲੋਕਾਂ ਨੂੰ ਮਾਰਨ ਤੋਂ ਬਾਅਦ ਸਵਰਗਾਂ ਦੇ ਚਾਂਸੇ ਦੇ ਕੇ ਉਹਨਾਂ ਨੇ ਇੱਥੇ ਕੀ ਕੁਝ ਕੀਤਾ ਹੈ ਲੋਕ ਜਾਣਦੇ ਵੀ ਨਹੀਂ ਸਰਸਾ ਨੇ ਦੱਸਿਆ ਕਿ 1983 ਦੇ ਵਿੱਚ 117 ਏਕੜ ਕੁਝ ਮਰਲੇ ਜ਼ਮੀਨ ਪਿੰਡ ਬਾਲਸਰਾਏ ਦੀ ਤੇ 282 ਏਕੜ ਜ਼ਮੀਨ ਵੜੈਚ ਦੀ ਦੋਵਾਂ ਪਿੰਡਾਂ ਦੀ ਪੰਚਾਇਤੀ ਜ਼ਮੀਨ ਨੂੰ ਲੈ ਕੇ ਨਵਾਂ ਪਿੰਡ ਬਣਾਇਆ ਗਿਆ ਜਿਸ ਦਾ ਨਾਮ ਡੇਰਾ ਬਾਬਾ ਜੈਮਲ ਸਿੰਘ ਰੱਖਿਆ ਗਿਆ ਅੱਗੇ ਜੋ ਦੱਸ ਰਹੇ ਨੇ ਸਰਸਾ ਤੁਹਾਨੂੰ ਸੁਣਾ ਦਿੰਦੇ ਆ ਉਹਨਾਂ ਦੀ ਜ਼ੁਬਾਨੀ ਉਹ 190 ਤੇ 27 ਦੇ ਵਿੱਚ ਗੁਰਦੁਆਰਾ ਸਾਹਿਬ ਦੇ ਨਾਂ ਤੇ ਜ਼ਮੀਨ ਕਰਾਈ ਗਈ ਤੇ ਇੱਥੇ ਜਿਹੜਾ ਸੀ ਉਹ ਗੁਰਦੁਆਰੇ ਦੀ ਸੇਵਾ ਸੰਭਾਲਣ ਵਾਸਤੇ ਇੱਕ ਕਾਨੀ ਹੁੰਦਾ ਜੇ ਇਹਨੂੰ ਵਿਸਤਾਰਤ ਜਾਵਾਂਗਾ ਤਾਂ ਬਹੁਤ ਲੰਬਾ ਜਾਵੇਗਾ ਇੱਕਨ ਮੈਨੂੰ ਬਹੁਤ ਸ਼ਾਰਟਕੱਟ ਜਿਹੜਾ ਉਹ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਜੇ ਮੌਜੂਦਾ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਰਾਧਾ ਸਵਾਮੀ ਵਿਆਸ ਅਲਾਕਾ ਇੱਥੇ ਇਨੇ ਕਿਸ ਤਰ੍ਹਾਂ ਜ਼ਮੀਨ ਜਿਹੜੀ ਆ ਉਹ ਲੋਕਾਂ ਦੀ ਹਦਕ ਕੀਤੀ ਆ ਸਭ ਤੋਂ ਪਹਿਲਾਂ 1983 ਦੇ ਵਿੱਚ 117 ਕਣਾ ਏਕੜ ਕੁਝ ਮਰਲੇ ਜ਼ਮੀਨ ਜਿਹੜੀ ਆ ਉਹ ਪਿੰਡ ਬਲਸਰਾਏ ਦੀ ਤੇ 283 ਏਕੜ ਜ਼ਮੀਨ ਜਿਹੜੀ ਆ ਉਹ ਵੜੈਚ ਪਿੰਡ ਦੀ ਪੰਚਾਇਤ ਦੀ ਦੋਹਾਂ ਪੰਡਾਂ ਦੀ ਪੰਚਾਇਤੀ ਜ਼ਮੀਨ ਜਿਹੜੀ ਸੀ ਉਹ ਲੈ ਕੇ ਤੇ ਆਪਣੇ ਰਸੂਕ ਦੇ ਨਾਲ ਇਹ ਪਿੰਡ ਦੇ ਇੱਕ ਨਵੇਂ ਪਿੰਡ ਜਿਹੜਾ ਸੀ ਉਹ ਬਣ ਦਿੱਤਾ ਗਿਆ ਜਿਸ ਪਿੰਡ ਦਾ ਨਾਂ ਰੱਖਿਆ ਗਿਆ ਡੇਰਾ ਬਾਬਾ ਜੈਮਲ ਸਿੰਘ ਨਹਿਰੀ ਪਾਣੀ ਦੀ ਮੰਗ ਨੂੰ ਲੈ ਕੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਅਬੋਰ ਫਾਜ਼ਿਲਕਾ ਰੋਡ ਜਾਮ ਕਰ ਦਿੱਤਾ ਕਿਸਾਨਾਂ ਦੇ ਵੱਲੋਂ ਲਾਏ ਗਏ ਜਾਮ ਕਰਕੇ ਆਵਾਜ਼ੇ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਕਿਸਾਨਾਂ ਦਾ ਰੋਸ ਹੈ ਕਿ ਪਿਛਲ ਦਿਨੀ ਪੰਜਾਬ ਸਰਕਾਰ ਦੇ ਸਿੰਚਾਈ ਮੰਤਰੀ ਨੇ ਜ਼ਿਲ੍ਹਾ ਫਾਜ਼ਿਲਕਾ ਇਲਾਕੇ ਦਾ ਦੌਰਾ ਕੀਤਾ ਸੀ ਅਤੇ ਵਿਸ਼ਵਾਸਤ ਹੋਇਆ ਸੀ ਕਿ ਜਲਦ ਹੀ ਨਹਿਰਾਂ ਵਿੱਚ ਪਾਣੀ ਛੱਡ ਦਿੱਤਾ ਜਾਊਗਾ ਪਰ ਉਹਨਾਂ ਦੇ ਵਾਅਦੇ ਤੋਂ ਬਾਅਦ ਵੀ ਹਾਲੇ ਤੱਕ ਨਹਿਰਾਂ 'ਚ ਪਾਣੀ ਨਹੀਂ ਪਹੁੰਚਿਆ ਇੱਥੇ ਕਿਸਾਨਾਂ ਦੇ ਕਿਸਾਨਾਂ ਦੀ ਜਿਹਨੇ ਕੱਕ ਫਸਲਾਂ ਨੇ ਬਰਬਾਦ ਹੋ ਰਹੀਆਂ ਨੇ ਖਾਸ ਕਰਕੇ ਕਿੰਨੂ ਦੇ ਬਾਗ ਪ੍ਰਭਾਵਿਤ ਹੋ ਰਹੇ ਨੇ ਨਰਮੇ ਦੀ ਬਿਜਾਈ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੋ ਤੱਕ ਨਹਿਰਾਂ ਦਾ ਪਾਣੀ ਨਹੀਂ ਛੱਡਿਆ ਜਾਂਦਾ ਦਰਣਾ ਜਾਰੀ ਰਹੂਗਾ ਉਧਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਪੁਲਿਸ ਥਾਣਾ ਮਜੀਠਾ ਦੇ ਵਿੱਚ ਲੱਗਿਆ ਦਰਣਾ ਚੌਥੇ ਦਿਨ ਦੇ ਵਿੱਚ ਸ਼ਾਮਲ ਹੋ ਚੁੱਕਿਆ ਹੈ ਮੰਗਾਂ ਦਾ ਨਿਪਟਾਰਾ ਨਾ ਹੋਣ ਤੇ ਸੰਘਰਸ਼ ਤਿੱਖਾ ਕਰਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਕਿਸਾਨਾਂ ਨੇ ਇਹ ਵੀ ਕਿਹਾ ਕਿ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਦੀ ਜ਼ਿੰਮੇਵਾਰੀ ਵੀ ਪ੍ਰਸ਼ਾਸਨ ਦੀ ਹੈ ਨਸ਼ਾ ਬੰਦੀ ਲੁੱਟਖੋਹ ਦੀਆਂ ਘ ਬੇਕਾਬੂ ਹੋ ਗਈ ਹੈ ਹਰਿਆਣਾ ਦੇ ਅੰਬਾਲਾ ਤੋਂ ਇੱਕ ਅਜਿਹੀ ਖਬਰ ਹੈ ਜੋ ਸਾਨੂੰ ਸਾਰਿਆਂ ਨੂੰ ਸ਼ਾਇਦ ਸਬਕ ਜ਼ਰੂਰ ਦਿੰਦੀ ਹੈ ਇਥੇ ਬੋਤਲ ਦਾ ਢੱਕਣ ਗਲ ਵਿੱਚ ਫਸਣ ਕਾਰਨ 15 ਸਾਲਾਂ ਦੇ ਲੜਕੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅੰਮ੍ਰਾਲਾ ਛੌਣੀ ਸਥਿਤ ਡਿਫੈਂਸ ਕਲੋਨੀ ਦੇ ਯਸ਼ ਵਜੋਂ ਹੋਈ ਹੈ। 11ਵੀਂ ਜਮਾਤ ਵਿੱਚ ਪੜਦਾ ਸੀ। ਸ਼ੁੱਕਰਵਾਰ ਰਾਤ ਨੂੰ ਯਸ਼ ਦੀ ਭੈਣ ਕੋਲ ਡਰਿੰਕ ਦੀ ਬੋਤਲ ਦਾ ਢੱਕਣ ਖੋਲ ਰਹੀ ਸੀ ਪਰ ਖੋਲ ਨਹੀਂ ਸਕੀ ਤਾਂ ਉਸ ਨੇ ਆਪਣੇ ਭਰਾ ਨੂੰ ਬੋਤਲ ਖੋਲਣ ਲਈ ਦੇ ਦਿੱਤੀ। ਯਸ਼ ਨੇ ਆਪਣੇ ਦੰਦਾਂ ਨਾਲ ਢੱਕਣ ਖੋਲਣ ਦੀ ਕੋਸ਼ਿਸ਼ ਕੀਤੀ ਪਰ ਉਹ ਮੁੰਡੇ ਦੀ ਸਾਹ ਨਲੀ ਦੇ ਵਿੱਚ ਫਸ ਗਿਆ। ਯਸ਼ ਦੇ ਪਰਿਵਾਰ ਵਾਲਿਆਂ ਨੇ ਢੱਕਣ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ, ਸਫਲ ਨਹੀਂ ਹੋਏ। ਹਸਪਤਾਲ ਲਿਜਾਇਆ ਗਿਆ ਪਰ ਜਾਨ ਨਹੀਂ ਬਚ ਸਕੀ। जम्मू कश्मीर ਤੋਂ ਖਬਰ ਹੈ ਜਿੱਥੇ ਕੌਮੀ ਇਸ਼ਾਰਾ ਤੇ ਨਿਰਮਾਣ ਅਧੀਨ ਸੁਰੰਗ ਦੇ ਮਲਬੇ ਵਿੱਚੋਂ ਤਿੰਨ ਹੋਰ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਨੇ ਮਰਨ ਵਾਲਿਆਂ ਦੀ ਗਿਣਤੀ 4 ਹੋ ਗਈ ਹੈ ਮਲਬੇ ਹੇਠਾਂ ਦੱਬੇ 9 ਮਜ਼ਦੂਰਾਂ ਨੂੰ ਬਚਾਉਣ ਦੀ ਮੁਹਿੰਮ ਲਗਾਤਾਰ ਜਾਰੀ ਹੈ ਸ਼ੁੱਕਰਵਾਰ ਸ਼ਾਮ ਨੂੰ ਜ਼ਮੀਨ ਖਿਸਕਣ ਕਾਰਨ ਬਚਾਅ ਕਾਰਜਪਾਵੇਂ ਬੰਦ ਕਰ ਦਿੱਤੇ ਗਏ ਸੀ ਪਰ ਇਹਨਾਂ ਨੂੰ ਮੁੜ ਸ਼ੁਰੂ ਕੀਤਾ ਗਿਆ ਕਈ ਘੰਟਿਆਂ ਦੀ ਸਖਤ ਖੋਜ ਤੋਂ ਬਾਅਦ ਬਚਾਅ ਟੀਮਾਂ ਨੇ ਦੋ ਲਾਸ਼ਾਂ ਬਰਾਮਦ ਕੀਤੀਆਂ ਨੇ ਤੇ ਉਹਨਾਂ ਨੂੰ ਪਛਾਣ ਲਈ ਨੇੜਲੇ ਹਸਪਤਾਲ 'ਚ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਮਲਬੇ ਹੇਠੋਂ ਇੱਕ ਹੋਰ ਲਾਸ਼ ਮਿਲੀ ਭਾਜਪਾ ਵਿੱਚ ਸ਼ਾਮਲ ਹੋ ਆਪ ਦਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਜਾਖੜ ਦੀ ਅਮਿਤ ਸ਼ਾਹ ਦੇ ਨਾਲ ਇਹ ਪਹਿਲੀ ਮੁਲਾਕਾਤ ਹੈ ਇਸ ਦੌਰਾਨ ਭਾਜਪਾ ਲੀਡਰ ਮਨਜਿੰਦਰ ਸਿੰਘ ਸਿਰਸਾ ਵੀ ਨਾਲ ਮੌਜੂਦ ਸਨ ਪਤਾ ਲੱਗਿਆ ਕਿ ਸੁਨੀਲ ਜਾਖੜ ਛੇਤੀ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵੀ ਮੁਲਾਕਾਤ ਕਰ ਸਕਦੇ ਨੇ ਚਰਚਾ ਚੱਲ ਰਹੀ ਹੈ ਕਿ ਭਾਜਪਾ ਜਾਖੜ ਨੂੰ ਰਾਜ ਸਭਾ ਵਿੱਚ ਭੇਜ ਸਕਦੀ ਹੈ ਜਾਂ ਫਿਰ ਲੋਕ ਸਭਾ ਦੀ ਸੀਟ ਲੜਾ ਸਕਦੀ ਹੈ ਸੰਗਰੂਰ ਤੋਂ ਮਾਨਸਾ ਤੋਂ ਖਬਰ ਹੈ ਜਿੱਥੇ ਬਚਤ ਭਵਨ ਵਿੱਚ ਹੋਏ ਪ੍ਰੋਗਰਾਮ ਦੇ ਵਿੱਚ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾਕਟਰ ਵਿਜੇ ਵੰਚ ਵਿੱਚ ਜਾਨ ਗੌਣ ਵਾਲੇ ਜ਼ਿਲ੍ਹੇ ਦੇ ਪੰਜ ਕਿਸਾਨਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਡਾਕਟਰ ਵਿਜੇ ਸਿੰਘਲਾ ਨੇ ਕਿਹਾ ਕਿ ਜ਼ਿਲ੍ਹੇ ਦੇ 24 ਹੋਰ ਪਰਿਵਾਰਾਂ ਦੇ ਕਾਗਜ਼ ਵੈਰੀਫਾਈ ਹੋ ਚੁੱਕੇ ਨੇ ਜਿਨ੍ਹਾਂ ਨੂੰ ਛੇਤੀ ਹੀ ਰਾਸ਼ੀ ਦੇ ਦਿੱਤੀ ਜਾਊਗੀ ਮਦਦ ਰਾਸ਼ੀ ਹਾਸਲ ਕਰਨ ਵਾਲੇ ਪੀੜਤ ਪਰਿਵਾਰਾਂ ਨੇ ਸਰਕਾਰ ਦਾ ਧੰਨਵਾਦ ਕੀਤਾ ਅਤੇ ਆਸ ਵੀ ਕੀਤੀ ਹੈ ਕਿ ਸਰਕਾਰ ਆਪਣੇ ਕੀਤੇ ਵਾਅਦੇ ਮੁਤਾਬਿਕ ਸਰਕਾਰੀ ਨੌਕਰੀ ਵੀ ਛੇਤੀ ਦੇਵੇਗੀ ਜੋ ਕਾਲੇ ਕਾਨੂੰਨ ਸੀ ਉਹਨਾਂ ਦੇ ਖਿਲਾਫ ਧਰਨਾ ਚੱਲਿਆ ਅੰਦੋਲਨ ਚੱਲਿਆ ਔਰ ਪੂਰੇ ਪੰਜਾਬ ਚੋਂ ਸਾਡੇ ਕਿਸਾਨ ਮਜ਼ਦੂਰ ਵਪਾਰੀ ਵਰਗ ਵੀ ਉੱਥੇ ਸ਼ਾਮਲ ਹੋਇਆ ਔਰ ਸਾਡੇ ਮਾਨਸਾ ਜ਼ਿਲ੍ਹੇ ਚੋਂ ਔਰ ਸਾਰੇ ਪੰਜਾਬ ਚੋਂ 700 ਦੇ ਉੱਪਰ ਕੋਈ ਕਿਸਾਨਾਂ ਨੇ ਸ਼ਹੀਦੀ ਪਾਈ ਔਰ ਅਸੀਂ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਹੈ ਕਿ ਹਰ ਇੱਕ ਮ੍ਰਿਤਕ ਪਰਿਵਾਰ ਦੇ ਉਹਨਾਂ ਦੇ ਵਾਰਸਾਂ ਨੂੰ 5 ਲੱਖ ਰੁਪਏ ਦੀ ਰਾਸ਼ੀ ਕਿ ਸਹਾਇਤਾ ਰਾਸ਼ੀ ਵਜੋਂ ਸਨਮਾਨ ਰਾਸ਼ੀ ਵਜੋਂ ਦਿੱਤੀ ਜਾਊਗੀ ਉਸ ਸਬੰਧ ਚ ਅੱਜ ਪਿੰਡ ਅਥਲਾ ਕਲਾਂ ਦੇ ਰਾਜਵਿੰਦਰ ਸਿੰਘ ਜੀ ਸਾਡੇ ਪਿੰਡ ਹਾਕਮਵਾਲਾ ਦੇ ਅਚਨ ਸਿੰਘ ਪਿੰਡ ਪੁੱਬਾ ਦੇ ਅਮਨਦੀਪ ਸਿੰਘ ਪਿੰਡ ਚੇਰਿਆਂਵਾਲੀ ਦੇ ਕਿਸਾਨ ਨਰਪੈ ਸਿੰਘ ਪਿੰਡ ਜਟਾਣਾ ਕਲਾਂ ਦੇ ਕਿਸਾਨ ਗਰਮੇਲ ਸਿੰਘ ਦੇ ਜਿਹੜੇ ਪੰਜੇ ਕਿਸਾਨ ਸਾਡੇ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ ਔਰ ਕੁਝ ਪਰਿਵਾਰਾਂ ਦੇ ਕਾਗਜ਼ ਵੈਰੀਫਾਈ ਹੋ ਗਏ ਡੀਸੀ ਸਾਹਮਣੇ ਦੱਸਿਆ ਕਿ 24 ਪਰਿਵਾਰਾਂ ਦਾ ਹੋਰ ਜਿਹੜਾ ਹੈ ਰਾਸ਼ੀ ਕੁਝ ਅਗਲੇ ਦਿਨਾਂ ਚ ਦਿੱਤੀ ਜਾਊਗੀ ਅਗਲੀ ਖਬਰ ਵੀ ਮਾਨਸਾ ਤੋਂ ਹੈ ਜਿੱਥੇ ਟਰੱਕ ਯੂਨੀਅਨਾਂ ਦੇ ਵੱਲੋਂ ਸ਼ਰੇਆਮ ਆਮ ਦੁਕਾਨਦਾਰਾਂ ਦੇ ਨਾਲ ਗੁੰਡਾਗਰਦੀ ਕੀਤੀ ਜਾਣ ਦੀ ਖਬਰ ਹੈ। ਦਾ ਅਸਲ ਮਾਨਸਾ ਦੇ ਵਿੱਚ ਬਣਾਈ ਗਈ ਟਰੱਕ ਯੂਨੀਅਨ ਦੁਕਾਨਦਾਰਾਂ ਨੂੰ ਰੇਤਾ ਬਜਰੀ ਮਹਿੰਗੇ ਭਾਅ ਤੇ ਵੇਚਦੀ ਹੈ। ਜੇ ਦੁਕਾਨਦਾਰ ਬਾਹਰੋਂ ਰੇਤਾ ਬਜਰੀ ਸਸਤਾ ਲੈ ਲੈਂਦੇ ਨੇ ਤਾਂ ਟਰੱਕ ਯੂਨੀਅਨ ਦੇ ਨੁਮਾਇੰਦੇ ਦੁਕਾਨਾਂ 'ਚ ਵੜ ਕੇ ਗੁੰਡਾਗਰਦੀ ਕਰਦੇ ਨੇ। ਪੀੜਤ ਦੁਕਾਨਦਾਰਾਂ ਦੇ ਵੱਲੋਂ ਪੁਲਿਸ ਕੋਲ ਸ਼ਿਕਾਇਤ ਕਰਨ ਦੇ ਬਾਵਜੂਦ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ। ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱੰਦੀ ਹੈ ਕਿ ਹੈ ਕਿ ਜੇ ਗੁੰਡਾ ਅਨਸਰਾਂ ਅਸਲ ਦੇ ਵਿੱਚ ਨਾ ਜੀ ਮਾਨਸਾ ਵਾਲਿਆਂ ਨੇ ਜੂਨੀਅਨ ਬਣਾ ਰੱਖੀ ਐ ਉਹ ਕਹਿੰਦੇ ਵੀ ਸਾਥੋਂ ਸਾਡੀ ਮਰਜ਼ੀ ਦੇ ਰੇਟ ਨਾਲ ਤੁਸੀਂ ਮਾਰ ਲਓ ਸੋ ਉਹਨੂੰ ਬਾਹਰੋਂ ਭਾਵੇਂ ਸਸਤਾ ਮਿਲਦਾ ਤੁਸੀਂ ਖਰੀਦ ਨਹੀਂ ਸਕਦੇ ਠੀਕ ਐ ਜੇ ਤੁਸੀਂ ਬਾਹਰੋਂ ਖਰੀਦੋਗੇ ਤਾਂ ਅਸੀਂ ਉਹ ਲੈਣ ਨਹੀਂ ਦਿੰਦੇ ਠੀਕ ਐ ਅਸੀਂ ਚਾਹੁੰਦੇ ਆ ਵੀ ਸਾਨੂੰ ਇਹਨਾਂ ਨੂੰ ਯਾਦ ਕਰਾਇਆ ਜਾਵੇ ਅਸੀਂ ਕਿਹੜਾ ਕੋਈ ਦੋ ਨੰਬਰ ਦਾ ਕੰਮ ਕਰਦੇ ਆ ਕਿ ਤੂੰ ਬਾਹਰੋਂ ਮਾਰ ਲੈ ਕੇ ਉਹਨੂੰ ਜਿਹੜੀ ਚੀਜ਼ ਤੁਹਾਨੂੰ ਸਸਤੀ ਮਿਲਦੀ ਆ ਆਪਾਂ ਆਜ਼ਾਦ ਆ ਕਿਤੋਂ ਵੀ ਖਰੀਦ ਸਕਦੇ ਆ ਅਸੀਂ ਆਪਦੀ ਮਰਜ਼ੀ ਨਾਲ ਚੀਜ਼ ਖਰੀਦ ਸਕੀਏ ਕੱਲ ਸਾਡੇ ਭਰਾ ਸ਼ੋਕਮਾਰ ਦੇ ਗੱਡੀ ਲੈ ਰਹੀ ਸੀ ਗੱਡੀ ਖਾਲੀ ਹੋ ਚੁੱਕੀ ਸੀ ਉਹਨਾਂ ਖੜੇ ਤੱਕੋ ਬੰਦਾ ਦਿੱਤਾ ਨਹੀਂ 51000 ਰੁਪਏ ਛੱਡਣ ਦਾ ਮੰਗਦੇ ਐ ਅੱਜ ਸਾਡੇ ਇੱਕ ਵੀਰ ਅਕਲੀਏ ਤੋਂ ਐ ਉਹਨਾਂ ਦੇ ਗੱਡੀ ਲੈਂਦੀ ਸੀ 20 ਤੀ ਬੰਦੇ ਇਕੱਠੇ ਹੋ ਗਏ ਉੱਥੇ ਭਾਗੇ ਉੱਥੇ ਜਾ ਕੇ ਉਹਨਾਂ ਨੇ ਪੂਰੀ ਗੁੰਡਾਗਰਦੀ ਕਰੀ ਕੋਈ ਪ੍ਰਸ਼ਾਸਨ ਸੁਣ ਨਹੀਂ ਰਿਹਾ ਠੀਕ ਹੈ ਅਸੀਂ ਜਿੰਨਾ ਚਿਰ ਕੋਈ ਸਾਡਾ ਮਸਲਾ ਹੱਲ ਨਹੀਂ ਹੁੰਦਾ ਆਪ ਜੀਆਂ ਸਾਰੀਆਂ ਟਾਲਾਂ ਬੰਦ ਰੱਖਾਂਗੇ ਪੰਜਾਬ ਦੇ ਵਿੱਚ ਪਲੈਨਿੰਗ ਅਫਸਰਾਂ ਦੀਆਂ ਅਸਾਮੀਆਂ ਨਿਕਲੀਆਂ ਨੇ ਭਰਤੀ ਕਿਵੇਂ ਹੋਊਗੀ ਇਹ ਤੁਹਾਨੂੰ ਦੱਸਦੇ ਆ ਪੀਪੀਐਸਸੀ ਯਾਨੀ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਵੱਲੋਂ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਨੇ ਅਪਲਾਈ ਕਰਨ ਦੀ ਆਖਰੀ ਮਿਤੀ 8 ਜੂਨ ਹੈ ਇਹਦੇ ਲਈ ਤੁਹਾਨੂੰ ਪੀਪੀਐਸਸੀ ਦੇ ਅਧਿਕਾਰਤ ਵੈੱਬਸਾਈਟ ਤੇ ਜਾਣਾ ਹੋਊਗਾ ਪੂਰਾ ਪਤਾ ppsc.gov.in ਹੈ ਉਮਰ ਤੁਹਾਡੀ 18 ਤੋਂ 37 ਸਾਲ ਦੇ ਵਿਚਾਲੇ ਹੋਣੀ ਚਾਹੀਦੀ ਹੈ ਵਿਦਿਅਕ ਯੋਗਤਾ ਤੁਹਾਡੇ ਕੋਲ ਯੋਜਨਾ ਜਾਂ ਫਿਰ ਆਰਕੀਟੈਕਚਰ ਦੇ ਵਿੱਚ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ ਤੇ 10ਵੀਂ ਤੱਕ 10ਵੀਂ ਜਮਾਤ ਤੱਕ ਪੰਜਾਬੀ ਭਾਸ਼ਾ ਪੜ੍ਹੀ ਹੋਣੀ ਚਾਹੀਦੀ ਹੈ ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਨੂੰ 1500 ਰੁਪਏ ਦੀ ਫੀਸ ਭਰਨੀ ਪਊਗੀ ਜਦਕਿ ਐਸਸੀ ਐਸਟੀ ਓਬੀਸੀ ਵਰਗ ਨੂੰ 750 ਰੁਪਏ ਈਡਬਲਯੂ ਐਸ ਪੀਡਬਲਯੂ ਡੀ ਤੇ ਸਾਬਕਾ ਫੌਜੀਆਂ ਨੂੰ ਅਰਜ਼ੀ ਦੇ ਲਈ 500 ਰੁਪਏ ਅਦਾ ਕਰਨੇ ਪੈਣਗੇ ਯਾਨੀ ਕਿ ਸਾਬਕਾ ਫੌਜੀਆਂ ਦੇ ਬੱਚਿਆਂ ਨੂੰ ਕਾਂਗਰਸੀ ਲੀਡਰ ਅਧਿਰੰਜਨ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਵਰਸੀ ਮੌਕੇ ਟਵੀਟ ਜਿਹੜਾ ਕੀਤਾ ਉਹ ਵਿਵਾਦਾਂ ਦੇ ਵਿੱਚ गिर ਗਿਆ ਹੈ ਟ ਕਿਤਾ ਹੈ ਕਿ ਜਦੋਂ ਵੱਡਾ ਦਰਖਤ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ ਹਾਲਾਂਕਿ ਬਾਅਦ ਵਿੱਚ ਅਦੀ ਰੰਜਨ ਨੇ ਇਸ ਟ੍ਰੀ ਨੂੰ ਹਟਾ ਦਿੱਤਾ ਇਸ ਤੋਂ ਬਾਅਦ ਭਾਜਪਾ ਲੀਡਰ ਮਨਜਿੰਦਰ ਸਿਰਸਾ ਨੇ ਇਤਰਾਜ਼ ਪ੍ਰਗਟ ਕਰਦਿਆਂ ਅਦੀ ਰੰਜਨ ਖਿਲਾਫ ਮੁਕੱਦਮਾ ਦਰਜ ਕਰਵਾਉਣ ਦੀ ਗੱਲ ਕਹੀ ਹੈ ਦਰਅਸਲ 22 ਮਈ ਨੂੰ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਵਰਸੀ ਮਨਾਇਗੀ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਾਰੇ ਕਾਂਗਰਸ ਲੀਡਰਾਂ ਨੇ ਵੀ ਉਹਨਾਂ ਨੂੰ ਯਾਦ ਕੀਤਾ ਸ਼ਰਧਾਂਜਲੀ ਭੇਟ ਕੀਤੀ ਲੋਕ ਸਭਾ ਦੇ ਵਿੱਚ ਕਾਂਗਰਸ ਸੰਸਦੀ ਦਲ ਦੇ ਲੀਡਰ ਅਦੀ ਰੰਜਨ ਚੌਧਰੀ ਨੇ ਵੀ ਆਪਣੇ ਸਾਬਕਾ ਲੀਡਰ ਨੂੰ ਯਾਦ ਕੀਤਾ ਹਾਲ ਅਧਿਰੰਜਨ ਚੌਧਰੀ ਨੇ ਦਾਵਾ ਕੀਤਾ ਕਿ ਮੇਰਾ ਇਸ ਟਵੀਟ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਹ ਉਹਨਾਂ ਲੋਕਾਂ ਦਾ ਪ੍ਰਚਾਰ ਹੈ ਜੋ ਮੇਰੇ ਪ੍ਰਤੀ ਦੁਸ਼ਮਣੀ ਦੀ ਭਾਵਨਾ ਰੱਖਦੇ ਨੇ ਤੇ ਇਹ ਟਵੀਟ ਵੀ ਹੁਣ ਚੌਧਰੀ ਦੀ ਟਾਈਮਲਾਈਨ ਤੇ ਮੌਜੂਦ ਨਹੀਂ ਹੈ ਹਾਲਾਂਕਿ ਕਈ ਯੂਜ਼ਰ ਦਾਵਾ ਕਰਦੇ ਨੇ ਕਿ ਅਧਿਰੰਜਨ ਚੌਧਰੀ ਨੇ ਪਹਿਲਾਂ ਇਹ ਟਵੀਟ ਕੀਤਾ ਸੀ ਤੇ ਫਿਰ ਉਸ ਨੂੰ ਹਟਾਇਆ ਹੈ ਦਰਅਸਲ ਸਾਹ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖ ਕਤਲਿਆਂ ਬਾਰੇ ਰਾਜੀਵ ਗਾਂਧੀ ਨੇ ਟਿੱਪਣੀ ਕੀਤੀ ਸੀ ਕਿ ਜਦੋਂ ਕੋਈ ਵੱਡਾ ਦਰਖਤ ਡਿੱਗਦਾ ਹੈ ਤਾਂ ਧਰਤੀ ਜ਼ਰੂਰ ਹਿੱਲਦੀ ਹੈ ਤੇ ਇਸ ਮਸਲੇ ਦਰਮਿਆਨ ਗਾਂਧੀ ਪਰਵਾਤੀ ਨਿਸ਼ਾਨਾ ਸਾਧਦੇ ਹੋਏ ਬੀਜੇਪੀ ਲੀਡ ਅਲਬੀਅਨ ਵੀ ਟਵੀਟ ਕੀਤਾ ਕਿ ਅਦੀ ਰੰਜਨ ਨੇ ਸੱਚ ਬੋਲਣ ਦਾ ਫੈਸਲਾ ਕੀਤਾ ਹੈ ਉਧਰ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਕਾਂਗਰਸ ਮੀਤ ਚੌਧਰੀ ਤੇ ਵਿਅੰਗ ਕਰਦਿਆਂ ਕਿਹਾ ਕਿ ਹਾਂ ਕਿ ਕਾਂਗਰਸ ਨੂੰ ਆਪਣੇ ਆਪ ਨੂੰ ਹੀਠਾਂ ਲਿਆਉਣ ਲਈ ਕਿਸੇ ਹੋਰ ਦੀ ਲੋੜ ਨਹੀਂ ਹੈ ਉਹ ਖੁਦ ਹੀ ਸੈਲਫ ਗੋਲ ਕਰ ਲੈਂਦੀ ਹੈ ਨਵੀਂ ਦਿੱਲੀ ਤੋਂ ਖਬਰ ਹੈ ਜਿੱਥੇ ਕੇਂਦਰੀ ਦਿੱਲੀ ਵਿੱਚ ਨਵੇਂ ਸੰਸਦ ਭਵਨ ਦੇ ਵਿੱਚ ਬਾਅਦਪੈਰ ਮਾਮੂਲੀ ਅੱਗ ਲੱਗ ਗਈ ਅੱਗ ਬੁਝਾਓ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਬਾਅਦ ਦੁਪਹਿਰ 12:35 ਮਿੰਟ ਤੇ ਮਿਲੀ ਪੰਜ ਫਾਇਰ ਟੈਂਡਰ ਮੌਕੇ ਤੇ ਭੇਜੇ ਗਏ ਅ ਇਸੇ ਵੀ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਦੀ ਰਿਪੋਰਟ ਨਹੀਂ ਹੈ ਵਿਚਾਰੇ ਹੈ सीबीआई ਨੇ ਪੱਛਮੀ ਬੰਗਾਲ ਦੇ ਮੰਤਰੀ ਪ੍ਰੇਸ਼ ਅਧਿਕਾਰੀ ਤੋਂ ਉਹਨਾਂ ਦੀ ਤੀ ਅੰਕਿਤਾ ਦੀ ਪ੍ਰਾਇਮਰੀ ਸਕੂਲ ਅਧਿਆਪਕਾਂ ਵੱਜੋਂ ਕੈਰ ਕਾਨੂੰਨੀ ਨਿਯੁਕਤੀ ਦੇ ਮਾਮਲੇ ਵਿੱਚ ਲਗਾਤਾਰ ਤੀਸਰੇ ਦਿਨ ਪੁੱਛ ਪੜਤਾਲ ਕੀਤੀ ਕਲਕੱਤਾ ਹਾਈ ਕੋਰਟ ਨੇ ਲੰਘੇ ਦਿਨੀ ਅੰਕਿਤਾ ਅਧਿਕਾਰੀ ਨੂੰ ਸਰਕਾਰੀ ਸਕੂਲ ਦੀ ਅਧਿਆਪਕਾ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਸੀ ਤੇ ਉਸ ਨੂੰ 41 ਮਹੀਨਿਆਂ ਦੀ ਤਨਖਾਹ ਵੀ ਵਾਪਸ ਕਰਨ ਲਈ ਕਿਹਾ ਗਿਆ ਸਿੱਖਿਆ ਰਾਜ ਮੰਤਰੀ ਸਵੇਰੇ 10:35 ਮਿੰਟ ਤੇ ਸ਼ਨੀਚਰਵਾਰ ਨੂੰ सीबीआई ਦਫ਼ਤਰ ਪਹੁੰਚੇ ਉਹਨਾਂ ਦੇ ਹੱਥ ਵਿੱਚ ਫਾਈਲ ਸੀ ਜਿਸ ਬਾਰੇ ਤrained ਦੱਸਿਆ ਕਿ ਉਸ ਵਿੱਚ ਨਿਯੁਕਤੀ ਬਾਰੇ ਅਹਿਮ ਕਾਗਜ਼ ਸਨ ਕਰਨਾਟਕਾ ਅਤੇ ਯੂਪੀ ਤੋਂ ਸੜਕ ਹਾਦਸਿਆਂ ਦੀਆਂ ਖਬਰਾਂ ਨੇ ਕਰਨਾਟਕਾ ਦੇ ਤਾਰਵੜ ਤੋਂ 12 ਕਿਲੋਮੀਟਰ ਦੂਰ ਇੱਕ ਵਾਹਨ ਦੇ ਰੁੱਖ ਨਾਲ ਟਕਰਾਨ ਕਾਰਨ 7 ਜਣਿਆਂ ਦੀ ਮੌਤ ਹੋ ਗਈ 13 ਜ਼ਖਮੀ ਹੋ ਗਏ ਮਰਨ ਵਾਲਿਆਂ ਦੇ ਵਿੱਚ 3 ਬੱਚੇ ਵੀ ਸ਼ਾਮਲ ਸਨ ਜ਼ਖਮੀ ਨੂੰ ਕਰਨਾਟਕਾ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਗੰਭੀਰ ਦੱਸੀ ਗਈ ਯੂਪੀ ਦੇ ਬਲਰਾਮਪੁਰ ਜ਼ਿਲ੍ਹੇ ਦੇ ਵਿੱਚ ਤੁਲਸੀਪੁਰ ਬੱਢਣੀ ਕੌਮੀ ਇਸ਼ਾਰਾ ਤੇ ਜੀਪ ਅਤੇ ਟਰੈਕਟਰ ਵਿਚਾਲੇ ਹੋਈ ਆਮੋ ਸਾਹਮਣੇ ਟੱਕਰ ਵਿੱਚ ਪਤੀ ਪਤਨੀ ਸਮੇਤ 6 ਸ਼੍ਰੀਲੰਕਾ ਤੋਂ ਵੱਡੀ ਖਬਰ ਆ ਰਹੀ ਹੈ ਜਿੱਥੇ ਸਰਕਾਰ ਨੇ ਦੇਸ਼ ਵਿੱਚੋਂ ਐਮਰਜੈਂਸੀ ਹਟਾਉਣ ਦਾ ਐਲਾਨ ਕਰ ਦਿੱਤਾ ਹੈ ਦੇਸ਼ ਦੇ ਵਿਚ ਆਰਥਿਕ ਸੰਕਟ ਅਤੇ ਸਰਕਾਰ ਖਿਲਾਫ ਪ੍ਰਦਰਸ਼ਨਾਂ ਦੇ ਮੱਦੇ ਨਜ਼ਰ 2 ਹਫ਼ਤੇ ਪਹਿਲਾਂ ਇੱਥੇ ਐਮਰਜੈਂਸੀ ਲਾਗੂ ਕੀਤੀ ਗਈ ਸੀ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਪਾਇ ਰਾਜਪੱਖੀ ਨੇ ਮਹੀਨੇ ਵਿੱਚ ਦੂਜੀ ਵਾਰ 6 ਮਈ ਨੂੰ ਐਮਰਜੈਂਸੀ ਦਾ ਐਲਾਨ ਕੀਤਾ ਸੀ ਪਰ ਹੁਣ ਐਮਰਜੈਂਸੀ ਹਟਾ ਦਿੱਤੀ ਗਈ ਹੈ ਵਿਦੇਸ਼ ਤੋਂ ਅਗਲੀ ਵੱਡੀ ਖਬਰ ਆਸਟ੍ਰੇਲੀਆ ਤੋਂ ਹੈ ਜਿੱਥੇ ਆਮ ਚੋਣਾਂ ਸ਼ਨੀਚਰਵਾਰ ਨੂੰ ਮੁਕੰਮਲ ਹੋ ਗਈਆਂ ਵੋਟਾਂ ਦਾ ਕੰਮ ਮੁਕੰਮਲ ਹੋ ਗਿਆ ਜਿਹੜਾ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਸੀ ਐਤਕੀ ਆਸਟ੍ਰੇ ਆਸਟ੍ਰੇਲੀਆ ਦੀਆਂ ਆਮ ਚੋਣਾਂ ਦੇ ਵਿੱਚ ਫੈਡਰਲ ਚੋਣਾਂ ਦੇ ਵਿੱਚ ਚਾਰ ਪੰਜਾਬੀ ਵੀ ਨਿਤਰੇ ਹੋਏ ਨੇ ਜਿਨ੍ਹਾਂ ਨੂੰ ਲੈ ਕੇ ਪੰਜਾਬੀਆਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ VOTING ਸਮਾਪਤ ਹੁੰਦਿਆਂ ਹੀ ਵੋਟਾਂ ਦੀ ਗਿਣਤੀ ਆਸਟ੍ਰੇਲੀਆ ਦੇ ਵਿੱਚ ਸ਼ੁਰੂ ਹੋ ਗਈ ਅਤੇ ਇਸ ਵਾਰ ਲੇਬਰ ਪਾਰਟੀ ਦਾ ਹੱਥ ਉੱਪਰ ਜਾ ਰਿਹਾ ਹੈ ਇੱਥੇ ਦੋ ਪਾਰਟੀਆਂ ਦੇ ਵਿੱਚ ਮੁੱਖ ਮੁਕਾਬਲਾ ਹੈ ਲੇਬਰ ਅਤੇ ਲਿਬਰਲ ਜੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਦਾ ਕੰਜ਼ਰਵੇਟਿਵ ਗੱਠ ਜੋੜ ਯਾਨੀ ਕਿ ਲਿਬਰਲ ਜਿੱਤਦੇ ਨੇ ਤਾਂ ਚੌਥੀ ਵਾਰੀ ਇਹ ਸੱਤਾ ਵਿੱਚ ਵਾਪਸੀ ਕਰਨਗੇ ਪਰ ਜੇ ਲੇਬਰ ਵਾਲੇ ਮੂਰੇ ਆਉਂਦੇ ਨੇ ਤਾਂ ਇਤਕੀ ਪ੍ਰਧਾਨ ਮੰਤਰੀ ਵਿਰੋਧੀ ਧਿਰ ਦੇ ਲੀਡਰ ਐਂਥਨੀ ਅਲਬਾਨੀਜ਼ ਹੋਣਗੇ ਤੇ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਲੇਬਰ ਪਾਰਟੀ ਦੇ ਜਿੱਤਣ ਦੀਆਂ ਸੰਭਾਵਨਾਵਾਂ ਮਿਲ ਚੁੱਕੀਆਂ ਨੇ ਅਤੇ ਆਸਟ੍ਰੇਲੀਆ ਦੇ ਲੋਕਾਂ ਵੱਲੋਂ ਵੱਖ-ਵੱਖ ਥਾਵਾਂ ਤੇ ਜਸ਼ਨ ਮਨਾਏ ਜਾਣੇ ਵੀ ਸ਼ੁਰੂ ਹੋ ਚੁੱਕੇ ਨੇ ਸੋ ਐਤਵਾਰ ਤੱਕ ਪੂਰਾ ਸਾਫ਼ ਹੋ ਜਾਏਗਾ ਕਿ ਆਸਟ੍ਰੇਲੀਆ ਦੇ ਵਿੱਚ ਐਤਕੀ ਕਿਹਦੀ ਸਰਕਾਰ ਬਣੀ ਹੈ ਤੇ ਜਿਹੜੇ ਚਾਰ ਚੋਣ ਮੈਦਾਨ ਦੇ ਵਿੱਚ ਪੜੇ ਪੰਜਾਬੀ ਨੇ ਉਹਨਾਂ ਦੀ ਜਿੱਤ ਹਾਰ ਦਾ ਕੀ ਬਣਿਆ ਹੈ ਹੋ ਸਕਦਾ ਹੈ ਕਿ ਅਸੀਂ ਚਾਰਾਂ ਦੇ ਵਿੱਚੋਂ ਚਾਰਾਂ ਦੀ ਖੁਸ਼ਖਬਰੀ ਤੁਹਾਨੂੰ ਸੁਣਾਈਏ ਜਾਂ ਫਿਰ ਹੋ ਸਕਦਾ ਹੈ ਚਾਰਾਂ ਦੇ ਵਿੱਚੋਂ ਥੋੜੇ ਜਿੱਤਦੇ ਨੇ ਉਹਨਾਂ ਦੀ ਖੁਸ਼ਖਬਰੀ ਸੁਣਾਈਏ ਤਸਵੀਰਾਂ ਨੇ ਜਿਹੜੀਆਂ ਆਸਟ੍ਰੇਲੀਆ ਤੋਂ ਆਈਆਂ ਨੇ ਖਾਸ ਕਰਕੇ ਪੰਜਾਬੀ ਉਮੀਦਵਾਰਾਂ ਦੇ ਹੱਕ ਵਿੱਚ ਐਡਲੇਡ ਦੱਖਣੀ ਆਸਟ੍ਰੇਲੀਆ ਤੋਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਧੰਨਵਾਦ